ਅਸੀਂ ਤਾਂ ਜਾਤਾਂ ਦੇ ਨਾਂ 'ਤੇ ਗੁਰਦੁਆਰੇ ਅਤੇ ਸੁਸਾਇਟੀਆਂ ਵੀ ਖੜ੍ਹੀਆਂ ਕਰ ਦਿੱਤੀਆਂ। ਸਾਡੀ ਦੌੜ 'ਤੇ ਇੱਥੇ ਤੱਕ ਹੀ ਰਹਿ ਗਈ ਭਈ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਿਹਨੇ ਕਰਨਾ ਅਤੇ ਰਾਜਨੀਤਿਕ ਪਾਰਟੀ 'ਤੇ ਕਬਜ਼ਾ ਕਿਹਨੇ ਕਰਨਾ, ਪੈਸਾ ਕਿਹਨੇ ਵੱਧ ਗਰਾਉਣਾ ਅਤੇ ਪੈਸਾ ਕਿਹਨੇ ਵੱਧ ਮੁੱਛਣਾ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਅੱਜ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ 500 ਸਾਲਾ ਪ੍ਰਗਟ ਦਿਵਸ ਵੀ ਮਨਾਇਆ, ਪਰ ਮੈਂ ਜੋ ਗੱਲ ਅੱਜ ਕਰਨੀ, ਆਪਾਂ ਪ੍ਰਕਾਸ਼ ਪੁਰਬ ਮਨਾਉਣ ਦੇ ਜੋ ਸਾਡੇ ਢੰਗ ਤਰੀਕੇ ਨੇ, ਕੇਵਲ ਉਹਨਾਂ 'ਤੇ, ਕਿਉਂਕਿ ਹਰ ਪਾਸੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ, ਬਹੁਤ ਕੁਝ ਬੋਲਿਆ ਅਤੇ ਬਹੁਤ ਕੁਝ ਕਿਹਾ ਜਾਣਾ। ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਅਸੀਂ, ਮੇਰਾ ਖਿਆਲ, ਜਿੰਨੇ ਬੁਲਾਰੇ ਨੇ ਉਹਨਾਂ ਨਾਲੋਂ ਸੰਗਤਾਂ ਵੱਧ ਜਾਣਦੀਆਂ ਨੇ, ਕੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਪਰ ਗੱਲ ਸਿਰਫ ਇੰਨੀ ਹੈ, ਇਹਨਾਂ ਸਮਾਗਮਾਂ ਵਿੱਚ ਸਾਰਿਆਂ ਦਾ ਆਪਣਾ ਹੈਗਾ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ, ਔਰ ਪਾਉਣਾ ਚਾਹੀਦਾ ਵੀ ਹੈ। ਸਰਕਾਰੀ ਪੱਧਰ 'ਤੇ ਵੀ ਸੈਂਕੜੇ ਕਰੋੜ ਰੁਪਈਆ ਖਰਚ ਕਰਕੇ ਸਮਾਗਮ ਮਨਾਏ ਜਾ ਰਹੇ ਨੇ ਔਰ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ, ਲੱਖਾਂ ਸੰਗਤਾਂ ਦੇ ਇਕੱਠ ਕੀਤੇ ਜਾ ਰਹੇ ਨੇ, ਵੱਡੇ ਵੱਡੇ ਨਗਰ ਕੀਰਤਨ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਕੱਢਣ ਦੀ ਦੌੜ ਲੱਗੀ ਹੋਈ ਹੈ, ਔਰ ਲੰਗਰਾਂ ਲਈ ਅਪੀਲਾਂ ਕਰਕੇ ਮਾਇਆ ਵੀ ਕਰੋੜਾਂ ਦੇ ਹਿਸਾਬ ਨਾਲ ਇਕੱਠੀ ਕੀਤੀ ਜਾ ਰਹੀ ਹੈ। ਔਰ ਮੈਂ ਬੇਨਤੀ ਕਰਾਂ, ਔਰ ਲੰਗਰ ਲੱਗਣਗੇ ਵੀ, ਇਹ ਨਹੀਂ ਵੀ ਮਾਇਆ ਇਕੱਠੀ ਕੀਤੀ ਜਾ ਰਹੀ ਅਤੇ ਲੰਗਰ ਨਹੀਂ ਲੱਗਣੇ, ਲੰਗਰ ਲੱਗਣਗੇ ਵੀ। ਕਰੋੜਾਂ ਰੁਪਈਆ ਖਰਚ ਕੇ ਪੰਡਾਲ ਵੀ ਲਾਏ ਜਾ ਰਹੇ ਨੇ ਸਟੇਜਾਂ 'ਤੇ, ਪਰ ਦੌੜ ਇਸ ਗੱਲ ਦੀ ਲੱਗ ਰਹੀ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਹਨੇ ਬਹਿਣਾ, ਗ੍ਰਹਿ ਮੰਤਰੀ ਨਾਲ ਨੇੜਤਾ ਜਿਹੜੀ ਆ ਉਹ ਕਿਸ ਸ਼ਖਸ ਨੇ ਜ਼ਿਆਦਾ ਦਿਖਾਉਣੀ ਹੈ, ਯੋਗੀ ਹੋਇਆ ਜਾਂ RSS ਦੀ ਲੀਡਰਸ਼ਿਪ ਹੋਈ ਜਾਂ ਸਿੱਖ ਵਿਰੋਧੀ ਜਥੇਬੰਦੀਆਂ, ਉਹਨਾਂ ਨੂੰ ਵੱਧ ਤੋਂ ਵੱਧ ਸਤਿਕਾਰ ਕਿਹਨੇ ਦੇਣਾ, ਰਾਜਨੀਤਿਕ ਲੋਕਾਂ ਨਾਲ ਬੈਠਣ ਲਈ ਅਤੇ ਖਿਮਾ ਕਰਨੀ ਸਾਰੇ ਤਰਲੋ ਮੱਛੀ ਹੋ ਰਹੇ ਨੇ। ਪਰ ਜਿਹਦਾ ਪ੍ਰਕਾਸ਼ ਪੁਰਬ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨਾਲ ਕੌਣ ਬੈਠੇਗਾ? ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਵੀ ਮੈਂ ਬੈਠਣਾ ਭਾਈ ਕਿਰਤੀ ਮਨੁੱਖਾਂ ਵਿੱਚ, ਨੀਚਾਂ ਅੰਦਰ ਭਾਈ ਲਾਲੂਆਂ ਵਿੱਚ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਅਤੇ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ। ਗੁਰੂ ਨਾਨਕ ਸਾਹਿਬ ਤਾਂ ਬੈਠੇ ਹੋਣਗੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਪਰ ਇੱਥੇ ਤਾਂ ਸਰੋਪਾਂ ਦੀ ਦੌੜ ਵਿੱਚ ਗੁਰੂ ਗ੍ਰੰਥ ਸਾਹਿਬ ਵੱਲ ਵੀ ਪਿਛਾੜੇ ਕਰਕੇ, ਗੁਰੂ ਨਾਨਕ ਸਾਹਿਬ ਵੱਲ ਵੀ ਪਿੱਠ ਕਰਕੇ ਅਤੇ ਸੰਗਤ ਵੱਲ ਨੂੰ ਪਿੱਠ ਕਰਕੇ ਵਾਵਰਗਿਆਂ ਨੂੰ ਗਲੇ ਲਾਇਆ ਜਾਣਾ। ਹੁਣ 12 ਕਰੋੜ ਰੁਪਈਏ ਤੋਂ ਵੱਧ ਟੈਂਟ ਅਤੇ ਪੰਡਾਲ ਲਈ ਜੋ 3-4 ਦਿਨਾਂ ਪਿੱਛੋਂ ਪੁੱਟ ਲਿਆ ਜਾਣਾ, ਖਰਚਿਆ ਗਿਆ ਪੈਸਾ, ਤਾਂ ਜੇ ਹੁਣ ਇਹੋ ਪੰਡਾਲ ਪਰ 2 ਕਰੋੜ ਦਾ ਬਣਾ ਲਓ ਅਤੇ 10 ਕਰੋੜ ਰੁਪਈਆ ਕਿਸੇ ਕੋਈ ਇੱਦਾਂ ਦਾ ਸਦੀਵੀ ਇੰਸਟੀਟਿਊਸ਼ਨ ਬਣਾਉਣ ਲਈ ਖਰਚ ਦਿਓ, ਜਿੱਥੋਂ ਬੱਚਿਆਂ ਨੂੰ ਪੜ੍ਹਾਈ ਫਰੀ ਦਿੱਤੀ ਜਾ ਸਕੇ, ਕੋਈ ਹੋਸਪਿਟਲ ਬਣਾ ਦਿਓ ਜਿੱਥੋਂ ਬੱਚਿਆਂ, ਜਿੱਥੇ ਗਰੀਬ ਪਰਿਵਾਰਾਂ ਨੂੰ ਮੁਫਤ ਇਲਾਜ ਕਰਵਾਇਆ ਜਾ ਸਕੇ। ਹੁਣ ਆਪਾਂ ਇੱਕ ਇੱਕ ਕਰਕੇ ਵਿਚਾਰ ਇਹੀ ਕਰਨੀ ਹੈ ਕਿ ਪ੍ਰੋਗਰਾਮਾਂ ਵਿੱਚ ਨਾ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣੇ ਨੇ ਅਤੇ ਨਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ। ਹੁਣ ਇੱਧਰੋਂ ਇੰਡੀਆ ਤੋਂ ਪਾਕਿਸਤਾਨ ਨਗਰ ਕੀਰਤਨ ਜਾਣਾ ਸੀ, ਲੜਾਈ ਪੈ ਗਈ ਵੀ ਚੌਧਰ ਦਾ ਛੱਜ ਜਿਹੜਾ ਉਹ ਕਿਸ ਬੰਦੇ ਦੇ ਬੰਨਿਆ ਜਾਣਾ, ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ
ਪ੍ਰੈਸ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਲਣ ਦੇ ਯਤਨ ਇੰਨੇ ਕੁ ਕੀਤੇ ਗਏ, ਇੰਨਾ ਕੁ ਭੰਡੀ ਪ੍ਰਚਾਰ ਇੱਕ ਦੂਜੇ ਦਾ ਕੀਤਾ ਗਿਆ ਜਿਹੜਾ ਆਪ ਜੀ ਸਾਰਿਆਂ ਨੇ ਸੁਣਿਆ। ਇੱਥੋਂ ਤੱਕ ਕਿ ਨਗਰ ਕੀਰਤਨ ਵਾਲੀ ਪਾਲਕੀ ਨੂੰ ਆਪਣੇ ਕਬਜ਼ੇ ਵਾਲੇ ਗੁਰਦੁਆਰੇ, ਮੈਂ ਤਾਂ ਆਖਾਂਗਾ, ਉਹਦੇ ਵਿੱਚ ਅੰਦਰ ਜਾਣ ਨਹੀਂ ਦਿੱਤਾ ਗਿਆ, ਕਿਉਂਕਿ ਦੂਜੀ ਧਿਰ ਵਾਲੇ ਲੈ ਕੇ ਜਾ ਰਹੇ ਨੇ। ਰਸਤਿਆਂ ਵਿੱਚ ਵਿਸਰਾਮ ਲਈ ਉਹ ਸੰਗਤ ਅਤੇ ਗੁਰੂ ਕੀ ਹੈ ਨਾ, ਲੀਡਰਸ਼ਿਪ ਦਾ ਤੁਹਾਡਾ ਆਪਸ ਵਿੱਚ ਹੀ ਹੋਏਗਾ ਬਖਰੇਵਾਂ ਜੀ, ਸਦਕੇ ਰੱਖੋ, ਜਦਕਿ ਬਣਦਾ ਤਾਂ ਉਹ ਵੀ ਨਹੀਂ। ਪਰ ਲੇਕਿਨ ਸੰਗਤਾਂ ਨੂੰ ਰਸਤੇ ਵਿੱਚ ਵਿਸਰਾਮ ਕਰਨ ਲਈ ਵੀ ਜਗ੍ਹਾਵਾਂ ਨਾ ਜਗ੍ਹਾ ਨਾ ਦੇਣੀਆਂ, ਹੁਣ ਉਹ ਵੱਖੋ ਵੱਖਰੇ ਟੈਂਟ ਸਿਟੀਆਂ ਬੁਲਾਉਣੀਆਂ, ਇਹ ਕੋਈ ਜ਼ਿਆਦਾ ਸ਼ਰਧਾ ਦੇ ਪ੍ਰਤੀਕ ਨਹੀਂ। ਖਿਮਾ ਕਰਨੀ, ਇਹ ਸਿਰਫ ਇਸ ਕਰਕੇ ਤਰੱਦਦ ਕੀਤੇ ਜਾ ਰਹੇ ਨੇ ਵੀ ਇਹਨਾਂ ਦੇ ਕਰੋੜਾਂ ਦੇ ਪੰਡਾਲ ਲੱਗਣੇ ਨੇ ਅਤੇ ਇਹਦੇ ਵਿੱਚੋਂ ਕਰੋੜਾਂ ਜਾਂ ਲੱਖਾਂ ਦੇ ਹਿਸਾਬ ਨਾਲ ਕਮਿਸ਼ਨ ਵੀ ਆਵੇਗਾ, ਉਹ ਕਿੱਥੇ ਜਾਣਾ ਉਹ ਸ਼ਾਇਦ ਕਿਸੇ ਨੂੰ ਨਹੀਂ ਪਤਾ ਸਵਾਈ ਲੈਣ ਵਾਲਿਆਂ ਤੋਂ। ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਜ਼ਿੰਦਗੀ ਏਕ ਪਿਤਾ ਏਕ ਸਕੇ ਹਮਬਾਰਕ ਦਾ ਉਪਦੇਸ਼ ਦਿੱਤਾ, ਜਿਹੜੀ ਗੁਰਬਾਣੀ ਇਹ ਆਖ ਰਹੀ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਬ ਲਾਏ, ਹਰ ਨਾਮਾਂ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾਂ ਵਿਛਾਏ। ਕਿੱਥੇ ਗਿਆ ਉਹ ਸਿਧਾਂਤ ਅੱਜ ਜਿਹੜਾ ਆਖਿਆ ਸੀ ਗੁਰੂ ਗ੍ਰੰਥ ਸਾਹਿਬ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਇਸ ਤਰ੍ਹਾਂ ਸੰਗਤ ਵਿੱਚ ਬੈਠਣ ਦੀ ਜਾਚ ਸਿੱਖੋ ਜਿੱਦਾਂ ਸ਼ਹਿਦ ਦੀਆਂ ਮੱਖੀਆਂ ਇਕੱਠੀਆਂ ਹੋ ਕੇ ਬੈਠਦੀਆਂ ਨੇ। ਪਰ ਅੱਜ ਨਿਗਾਹ ਮਾਰ ਕੇ ਵੇਖ ਲਈਏ, ਕਿਉਂਕਿ ਰਾਜਨੀਤੀ ਭਾਰੂ ਹੋ ਗਈ, ਰਾਜਸੀਕਰਨ ਹਰ ਚੀਜ਼ ਦਾ ਕਰ ਲਿਆ ਗਿਆ, ਅੱਜ ਸਾਨੂੰ ਸਾਡੇ ਆਪਣੇ ਪਾੜੀ ਜਾਂਦੇ ਨੇ, ਘਰ ਦੇ ਦੀਵੇ ਘਰ ਨੂੰ ਸਾੜੀ ਜਾਂਦੇ ਨੇ, ਸ਼ਿਕਵਾ ਗਿਲਾ ਸਯਾਦਾਂ ਉੱਤੇ ਕੀ ਕਰੀਏ, ਮਾਲੀ ਹੀ ਖੁਦਬਾਗ ਉਜਾੜੀ ਜਾਂਦੇ ਨੇ। ਅੱਜ ਚਾਰ ਚੁਫੇਰੇ ਜਿੱਧਰ ਵੀ ਵੇਖੋ ਕਿ ਦੇਣ ਢੰਡੋਰਾ ਸੱਚ ਦਾ ਕੱਚ ਦੇ ਵਣਜਾਰੇ, ਸੁਪਨੇ ਵੇਚੀ ਜਾ ਰਹੇ ਸਬਤਾਜ ਮਹਿਲ ਦੇ। ਪਿੱਤਲ ਨੂੰ ਸੋਨਾ ਸੋਨਾ ਪ੍ਰਚਾਰ ਕੇ ਅਤੇ ਵੇਚਿਆ ਜਾ ਰਿਹਾ, ਵੰਡਿਆ ਜਾ ਰਿਹਾ, ਅਤੇ ਸੋਨੇ ਦੀ ਨਿੰਦਿਆ ਕਰ ਕਰਕੇ ਉਹਨੂੰ ਪਿੱਤਲ ਪਿੱਤਲ ਆ ਕੇ ਇੱਕ ਪਾਸੇ ਨੂੰ ਧੱਕਿਆ ਜਾ ਰਿਹਾ। ਉਂਝ ਮੈਂ ਬੇਨਤੀ ਕਰਾਂ, ਸਟੇਜਾਂ ਜਿੰਨੀਆਂ ਵੱਧ ਲੱਗਣ ਚੰਗੀਆਂ ਨੇ, ਮਾੜੀਆਂ ਨਹੀਂ, ਪ੍ਰਚਾਰ ਵੱਧ ਹੋਵੇਗਾ ਪਰ ਜੇ ਭਾਵਨਾ ਸਹੀ ਹੋਵੇ, ਜੇ ਉਪਦੇਸ਼ ਉਹਦੇ ਤੋਂ ਏਕਤਾ ਦਾ ਇੱਕੋ ਦਾ ਮਿਲਣਾ ਹੋਵੇ। ਅੱਜ ਤਾਂ ਹੁਣ ਇਹ ਵੀ ਰੌਲਾ ਪੈ ਰਿਹਾ, ਅਫਵਾਹਾਂ ਆ ਲਈਆਂ ਨੇ ਭਈ ਪੰਡਾਲਾਂ ਵਿੱਚੋਂ ਹੀ ਕਰੋੜਾਂ ਦਾ ਕਮਿਸ਼ਨ ਜਿਹੜਾ ਉਹ ਲਿਆ ਜਾਣਾ ਜਾਂ ਦਿੱਤੇ ਹੀ ਉਹਨਾਂ ਨੂੰ ਜਾਣੇ ਨੇ ਜਿਹੜੇ ਆਪਣੇ ਨੇ, ਇਹਦਾ ਸਪਸ਼ਟੀਕਰਨ ਕੌਣ ਦਏਗਾ। ਫਿਰ ਉਹਨਾਂ ਸਟੇਜਾਂ 'ਤੇ ਮਿੰਨਤਾਂ ਕਰਕੇ ਸੱਦਣੇ ਉਹ ਨੇ ਜਿਹੜੇ ਸਿੱਖ ਔਰ ਸਿੱਖੀ ਦੇ ਵਿਰੋਧੀ ਨੇ, ਸੱਦਣੇ ਉਹ ਨੇ ਜਿਹੜੇ ਸਿੱਖ ਔਰ ਸਿੱਖੀ ਨੂੰ ਦੇਖ ਕੇ ਰਾਜ਼ੀ ਨਹੀਂ। ਪਹਿਲੀਆਂ ਸ਼ਤਾਬਦੀਆਂ ਮਨਾਈਆਂ ਨੇ, ਆਪਾਂ ਸਾਰਿਆਂ ਨੇ ਵੇਖਿਆ ਕੌਣ ਸੀ ਚੀਫ ਗੈਸਟ ਬਈ ਉੱਥੇ ਮੁਰਾਰਜੀ ਡਿਸਾਈ ਵਰਗੇ, ਜਿਨ੍ਹਾਂ ਨੇ ਦਰਸ਼ਨੀ ਡਿਉੜੀ ਦੇ ਵਿੱਚ ਦੀ ਲੰਘੇ ਅਤੇ ਆਖਣ ਲੱਗੇ, ਹਾਲਾਂ ਕੋਈ ਇਤਿਹਾਸਿਕ ਸੱਚਾਈ ਨਹੀਂ ਸੀ ਵੀ ਇਹ ਤਾਂ ਜੀ ਸੋਮਨਾਥ ਦੇ ਦਰਵਾਜ਼ੇ ਨੇ, ਉੱਥੇ ਵਾਪਸ ਜਾਣੇ ਚਾਹੀਦੇ ਨੇ। ਸਿੱਖ ਪਰੰਪਰਾ ਦਾ ਇੱਕ ਹਿੱਸਾ ਆ ਦੇਗ ਵਰਤਾਉਣੀ, ਪ੍ਰਸ਼ਾਦ ਵਰਤਾਉਣਾ, ਜਦੋਂ ਪ੍ਰਸ਼ਾਦ ਦੇਣ ਲੱਗੇ ਅਤੇ ਆਖਣ ਲੱਗਾ ਮੇਰੇ ਸਿਰ 'ਤੇ ਮਲ ਦਿਓ, ਸਿਰ ਠੰਡਾ ਠੰਡਾ ਹੋ ਜਾਏਗਾ। ਹੁਣ ਉਹਨਾਂ ਮਨੁੱਖਾਂ ਨੂੰ 300 ਸਾਲਾਂ ਖਾਲਸੇ ਦਾ ਪ੍ਰਗਟ ਦਿਵਸ ਵੀ ਅਸੀਂ ਮਨਾਇਆ, ਸ਼ਤਾਬਦੀਆਂ ਦਾ ਦੇਖੋ ਪੂਰਾ ਜ਼ੋਰ ਲਾਇਆ ਆਪਾਂ, ਇਹ 'ਚ ਕੋਈ ਸ਼ੱਕ ਨਹੀਂ। ਉੱਥੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਜਾਂ RSS ਦੇ ਹੋਰ ਨੇਤਾ ਸਟੇਜ 'ਤੇ ਸਾਰੇ ਮੁੱਖ ਮਹਿਮਾਨ ਬਣਾ ਕੇ ਬਿਠਾਲੇ ਗਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਤੋਂ ਬਗੈਰ, ਔਰ ਸਾਰੇ ਬੈਠੇ ਨੰਗੇ ਸੀ, ਔਰ 300 ਪੁਸਤਕਾਂ ਛਾਪ ਕੇ ਲੋਕਾਂ ਨੂੰ ਫਰੀ ਵੰਡੀਆਂ ਗਈਆਂ ਜਾਂ ਕੁਛ ਭੇਟਾ ਲੈ ਕੇ ਵੰਡੀਆਂ ਗਈਆਂ, ਜਿਨ੍ਹਾਂ 'ਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਰਪ੍ਰਸਤੀ ਹੇਠ ਵੀ ਇੱਕ ਪੁਸਤਕ ਦਾ ਇੱਕ ਨਮੂਨੇ ਮਾਤਰ ਹੈ, ਹੈਨ ਤਾਂ ਇਹੋ ਜਿਹੀਆਂ ਬਹੁਤ, ਜਿਹੜੀ ਉਹਨਾਂ ਦੀ ਪੁਸ਼ਤ ਪਨਾਹੀ ਅਤੇ ਉਹਨਾਂ ਦੀ ਸਰਪ੍ਰਸਤੀ ਵਿੱਚ ਸਿੱਖੀ ਸਿੱਖ ਇਤਿਹਾਸ ਨਾਂ ਦੀ ਪੁਸਤਕ, ਜਿਹਦੇ ਵਿੱਚ
ਗੁਰੂ ਸਾਹਿਬਾਨ ਦਾ ਈਵਨ ਕਰੈਕਟਰ ਅਸੈਸੀਨੇਟ ਕੀਤਾ ਗਿਆ, ਗੁਰੂ ਸਾਹਿਬਾਨ ਦੇ ਪਰਿਵਾਰ ਬਾਰੇ, ਗੁਰੂ ਸਾਹਿਬਾਨ ਬਾਰੇ ਇੰਨੀਆਂ ਕੁ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ, ਇੰਨੀਆਂ ਕੁ ਮਾੜੀਆਂ ਗੱਲਾਂ ਲਿਖੀਆਂ ਗਈਆਂ, ਜਿਹੜਾ ਕਿ ਕੋਈ ਮਨੁੱਖ ਸਟੇਜ ਤੋਂ ਤੱਕੀ ਆਪਸ ਵਿੱਚ ਹੀ ਬੈਠ ਕੇ ਵੀ ਬਿਆਨ ਨਹੀਂ ਕਰ ਸਕਦਾ। ਪਰ ਜਦੋਂ ਰੌਲਾ ਪਿਆ, ਉਹ ਗੱਲ ਲੱਖ ਸੰਗਤਾਂ ਦੇ ਸਾਹਮਣੇ ਆਈ ਅਤੇ ਇਨਕੁਆਇਰੀ ਹੋਈ। ਹਾਂ, ਇਨਕੁਆਇਰੀ ਬਿਠਾਲ ਦਿੱਤੀ ਗਈ ਜੀ। ਇਨਕੁਆਇਰੀ ਕੀ ਹੋਈ, 1999 ਤੋਂ ਲੈ ਕੇ 2019 ਤੱਕ 20 ਸਾਲਾਂ ਵਿੱਚ ਵੀ ਨਾ ਅੱਜ ਤੱਕ ਉਹਦੇ ਲਿਖਾਰੀ ਦੇ ਲੇਖਕ ਦਾ ਨਾਂ ਪਤਾ ਲੱਗਾ, ਨਾ ਛਾਪਣ ਵਾਲੇ ਦਾ ਪਤਾ ਲੱਗਾ, ਨਾ ਕਿਹੜੀ ਪ੍ਰੈਸ 'ਚੋਂ ਛਪਿਆ ਇਹ ਪਤਾ ਲੱਗਾ, ਨਾ ਇਹਨੂੰ ਪੇਮੈਂਟ ਕਿਹੜੇ ਖਾਤੇ 'ਚੋਂ ਗਈ ਉਹ ਪਤਾ ਲੱਗਿਆ। ਹਾਂ, ਇੰਨਾ ਪਤਾ ਲੱਗਾ ਜੀ, ਪੇਮੈਂਟ ਇਸ ਪੁਸਤਕ ਦੀ ਕੈਸ਼ ਕੀਤੀ ਗਈ ਸੀ, ਪਰ ਕੈਸ਼ ਉਹ ਕਿਹੜੇ ਖਾਤੇ ਵਿੱਚੋਂ ਕੀਤੀ ਗਈ ਅੱਜ ਤੱਕ ਉਹ ਹਨੇਰ ਖਾਤਾ ਕਿਸੇ ਦੇ ਨਜ਼ਰ ਵਿੱਚ ਨਹੀਂ ਆਇਆ। ਹੁਣ ਉਹ ਕਿਹੜਾ ਹਨੇਰ ਖਾਤਾ ਹੈ ਜਿੱਥੋਂ ਪਤਾ ਨਹੀਂ ਕਿੰਨਾ ਕੁ ਗੰਦ ਪੈਸੇ ਖਰਚ ਕੇ ਖਰੀਦਿਆ ਗਿਆ ਅਤੇ ਵੇਚਿਆ ਗਿਆ, ਅਤੇ ਹੁਣ ਵੀ ਇਹੋ ਕੁਝ ਹੋਣਾ ਔਰ ਹੋ ਰਿਹਾ। ਕਿਉਂਕਿ ਆਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚੱਲੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਵਿੱਚ ਵਿਚਰ ਕੇ, ਜਾਂ ਇਉਂ ਆਖ ਲਈਏ ਆਪਾਂ ਕੋਈ ਜ਼ਰੀਆ ਬਣਦਾ, ਇਮਰਾਨ ਖਾਨ ਦੇ ਮਨ ਵਿੱਚ ਵਸ ਕੇ ਇਹ ਬਣਵਾ ਲਿਆ। ਆਪਾਂ ਸਾਰੇ ਜਾਣਦੇ ਹਾਂ, ਨਹੀਂ ਤਾਂ ਸੈਂਟਰ ਦੀ ਸਰਕਾਰ ਦੇ ਨੁਮਾਇੰਦਿਆਂ, ਪੰਜਾਬ ਦੇ ਮੁੱਖ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਅੜਿੱਕੇ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਸ ਮੁਲਕ ਦੇ ਪ੍ਰਧਾਨ ਮੰਤਰੀ ਨੂੰ, ਉਸ ਮੁਲਕ ਦੀ ਸਰਕਾਰ ਨੂੰ ਵੀ ਇਰੀਟੇਟ ਕਰਨ ਵਿੱਚ ਕੋਈ ਆਪਣੀ ਕਸਰ ਬਾਕੀ ਨਹੀਂ ਰੱਖੀ। ਹਰ ਊਝ ਉਹਨਾਂ 'ਤੇ ਲਾ ਦਿੱਤੀ ਗਈ। ਹੁਣ ਵੀ ਲੇਟਲੀ ਵੀ ਬਿਆਨ ਜਿਹੜੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਆਏ ਸੀ, ਪਈ ਜੀ ਇਹ ਜਾਣ ਬੁੱਝ ਕੇ ਹੁਣ 72 ਸਾਲਾਂ ਬਾਅਦ ਕਿਉਂ ਲੱਗੇ ਨੇ ਕਰਨ, ਪਹਿਲਾਂ ਨਾ ਇਹਨਾਂ ਨੂੰ ਚੇਤਾ ਆਇਆ, ਇਹ ਹੁਣੇ ਕਿਉਂ ਲੱਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣ, ਭਈ ਤੁਸੀਂ ਤਾਂ ਹੁਣ ਵੀ ਨਹੀਂ ਬਣਾਈ, ਤੁਸੀਂ ਤਾਂ ਹੁਣ 72 ਸਾਲਾਂ ਬਾਅਦ ਵੀ ਨਹੀਂ ਬਣ ਦੇ ਰਹੇ। ਅਖੇ ਇੱਥੋਂ ਦੀ ਜੀ ਟੈਰੋਰਿਸਟ ਆਉਣੇ ਨੇ, ਇੱਥੋਂ ਦੀ ਖਾਲਿਸਤਾਨੀ ਆ ਜਾਣੇ ਨੇ, ਇਹਨਾਂ ਦੀ ਕੋਈ ਗਲੀ ਮਿੱਠੀ ਭਗਤ ਹੈ, ਆ ਯੂਟਿਊਬ 'ਤੇ ਟਿਊਬਾਂ ਬਣੇ ਨੇ, ਲੋਕ ਭੇਜਦੇ ਨੇ, ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਢਿੰਗਲੀਆਂ ਨੁਮਾ ਯੰਤਰ ਬਣਾ ਕੇ ਬਾਰਡਰ ਟਪਾਈ ਜਾ ਰਹੇ ਨੇ ਪਸ਼ੂ, ਅਤੇ ਬੰਦਾ ਨਹੀਂ ਟੱਪ ਸਕਦਾ, ਹੁਣ ਜ਼ਰੂਰੀ ਇੱਥੋਂ ਦੀ ਢੋਲ ਵਜਾ ਕੇ ਆਉਣਾ। ਪਰ ਗੱਲ ਤਾਂ ਜਹਨੀਅਤ ਗੰਦੀ ਹੈ। ਹੁਣ ਗੱਲ ਆ ਗਈ ਜੀ, ਸਿੱਧੂ ਗਿਆ ਜੀ ਵਿਚਾਰਾ, ਆਈ ਸਲੂਟ ਹਿਮ, ਉਹਨੇ ਜੋ ਯਤਨ ਕੀਤਾ, ਬਾਅਦ ਵਿੱਚ ਵੀ ਜਿੰਨਾ ਉਹਨੇ ਆਪਣਾ ਯਤਨ ਜਾਰੀ ਰੱਖਿਆ, ਅਖੇ ਜੀ ਉਹਨੇ ਬਾਜਵਾ ਸਾਹਿਬ ਨੂੰ ਜੱਫੀ ਪਾਈ ਹੈ, ਭਈ ਤੁਸੀਂ ਨਵਾਬ ਸ਼ਰੀਫ ਨੂੰ, ਨਵਾਜ਼ ਸ਼ਰੀਫ ਨੂੰ ਪਾ ਲਓ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਕੇ ਪਾ ਲਓ, ਉਹਦੇ ਕੋਲੋਂ ਸੁਲਤਾਨ ਨਾਂ ਦਾ ਘੋੜਾ ਲੈ ਭਾਈਆ, ਉਹ ਤੋਂ ਬਾਅਦ ਬਸ਼ੇਰਾ ਲੈ, ਕੋਈ ਉੱਥੋਂ ਭੇਡੂ ਲੈ ਆਏ, ਕੋਈ ਕੁਛ ਲੈ, ਉਹ ਜਿੱਦਾਂ ਜਿੱਦਾਂ ਦੀ ਕਿਸੇ ਦੀ ਸੀਗੀ ਉੱਦਾਂ ਦੇ, ਜਿਹੜਾ ਭੇਡੂਆਂ ਵਾਲਾ ਸੀ ਉਹਨੂੰ ਭੇਡੂ ਦੇ ਦਿੱਤੇ, ਜਿਹੜਾ ਘੋੜਿਆਂ ਵਾਲਾ ਸੀ ਉਹਨੂੰ ਘੋੜੇ ਦੇ ਦਿੱਤੇ, ਜਦੋਂ ਜਿਹਦੀ ਮਨਸ਼ਾ ਸੀਗੀ ਵੀ ਚਲੋ ਗੁਰੂ ਨਾਨਕ ਸਾਹਿਬ ਦੇ ਦਰ ਦਾ ਕੁਛ ਬਣੇ, ਉਹਨੂੰ ਅਗਲੇ ਨੇ ਕਰਤਾਰਪੁਰ ਦਾ ਲਾਂਘਾ ਦੇ ਦਿੱਤਾ। ਇਹ ਤਾਂ ਨੀਤ ਨੂੰ ਮੁਰਾਦ ਹੈ ਨਾ। ਅੱਜ ਇਹਨਾਂ ਨੂੰ ਪੁੱਛੇ, ਹੁਣ ਮਹਾਰਨੀ ਇੱਕੋ ਚੱਲ ਰਹੀ ਹੈ ਅਜੇ ਤੱਕ ਸਾਡੇ, ਦੇਖੋ ਗੁਰੂ ਨਾਨਕ ਸਾਹਿਬ ਦੇ, ਉਹਨਾਂ ਨੇ ਯੂਨੀਵਰਸਿਟੀ ਦੀ ਨੀਂਹ ਰੱਖ ਦਿੱਤੀ ਪਾਕਿਸਤਾਨ ਨੇ, ਬਜਾਏ ਇਸ ਗੱਲ ਦੇ ਵੀ ਸ਼ਾਬਾਸ਼, ਉਹਨਾਂ ਨੂੰ ਕੀ ਲੱਗੇ, ਗੁਰੂ ਨਾਨਕ ਸਾਹਿਬ ਸਾਡੇ ਸਨ, ਉਹ ਠੀਕ ਹੈ ਸਾਰੇ ਜਗਤ ਦੇ ਨੇ, ਪਰ ਤੁਸੀਂ ਜਿਹੜੇ ਦਾਅਵੇਦਾਰ ਬਣੇ ਬੈਠੇ ਹੋ, ਤੁਸੀਂ ਤਾਂ ਕੁਛ ਬਣਾ ਨਹੀਂ ਸਕੇ, ਉਹਨੂੰ ਇਹ ਕਹਿਣ ਦੇ। ਉਹਨੇ ਕਹਿੰਦੇ ਨੇ 72 ਸਾਲਾਂ ਬਾਅਦ ਕਿਉਂ ਬਣਾਈ, ਭਈ ਦੱਸੋ ਜੇ 72 ਸਾਲਾਂ ਬਾਅਦ ਬਣਾ ਦਿੱਤੀ ਤਾਂ ਉੱਥੇ ਕੀ ਗੱਲ, ਪੜ੍ਹਾਈ ਘੱਟ ਹੋਣੀ ਹੈ, ਅਜੇ ਗਾਂਹ ਉਮਰ ਮੁੱਕ ਗਈ, ਸੰਸਾਰ ਦੀ ਖਾਤਮਾ ਹੋਣ ਵਾਲਾ, ਪਰ ਸਿਰਫ ਔਰ ਸਿਰਫ ਉਹਨੂੰ ਤਾਰੋ ਪੀਡੋ ਕਰਨ ਲਈ। ਸਾਡੇ ਤਾਂ ਅਜੇ ਤੱਕ ਯੂਨੀਵਰਸਿਟੀ ਦੀ ਗੱਲ ਛੱਡੋ, ਅਜੇ ਤੱਕ ਲੰਗਰ ਦੀ ਮੁਹਾਰਨੀ ਪੜ੍ਹੀ ਜਾਂਦੇ ਨੇ। ਹੁਣ ਆ ਕਰਤਾਰਪੁਰ ਸਾਹਿਬ ਜਾਣ 'ਤੇ ਜੋ ਵੀਜ਼ਾ ਫੀਸ ਦੀ ਗੱਲ ਹੈ, ਇਹਦੇ 'ਤੇ ਸਾਰੀਆਂ ਹੀ ਪਾਰਟੀਆਂ ਨੇ, ਰਾਜਨੀਤਕ ਅਤੇ ਮਜੋਰਿਟੀ ਧਾਰਮਿਕ ਵੀ,
ਬੜਾ ਕਿਲ ਕਿਲ ਕੇ ਬਿਆਨ ਦਿੱਤੇ ਨੇ ਅਤੇ ਦੇਈ ਜਾ ਰਹੇ ਨੇ ਜੀ। ਕੋਈ ਇਹਨੂੰ ਜਜ਼ੀਆ ਦੱਸਦਾ, ਕੋਈ ਇਹਨੂੰ ਜੁਰਮਾਨਾ ਦੱਸਦਾ। ਉਹ ਭਲੇ ਮਾਨਸ ਦਿਓ ਪੁੱਤਰੋ, ਉੱਧਰੋਂ ਪਾਕਿਸਤਾਨ ਵਿੱਚੋਂ ਆਪਣੇ ਸ਼ਰਾਈਨਜ ਨੂੰ ਵੇਖਣ ਵਾਸਤੇ ਜਿਹੜੇ ਜਿਹਦੇ ਹਜ਼ਰਤ ਬਲ ਹੈ, ਜਾਮਾ ਮਸਜਿਦ ਹੈ, ਅਜਮੇਰ ਸ਼ਰੀਫ ਹੈ, ਸੇਖ ਸ਼ਲੀਮ ਚਿਸ਼ਤੀ ਹੈ, ਹਜ਼ਰਤ ਨਿਜ਼ਾਮੂਦੀਨ ਨਰਗਾਹ ਜਾਂ ਹੋਰ, ਕੀ ਤੁਸੀਂ ਉਹਨਾਂ ਤੋਂ ਵੀਜ਼ਾ ਫੀਸ ਨਹੀਂ ਵਸੂਲਦੇ? ਕੀ ਤੁਸੀਂ ਵੀਜ਼ਾ ਫੀਸ ਉਹਨਾਂ ਤੋਂ ਐਂਟਰੀ ਫੀਸ ਲੈਂਦੇ ਨਹੀਂ? ਬਾਕੀ ਤਾਂ ਛੱਡੋ, ਪੰਜਾਬ ਤੋਂ ਸੀਸਗੰਜ ਸਾਹਿਬ ਜਾਂ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਕਿਸੇ ਨੇ ਜਾਣਾ ਅਤੇ ਸੜਕ 'ਤੇ ਜਿਹੜਾ ਜਜ਼ੀਆ ਤੁਸੀਂ ਲਾਇਆ ਹੋਇਆ ਉਹਦਾ ਤਕਰੀਬਨ 1200-1400 ਰੁਪਈਆ ਟੋਲ ਟੈਕਸ ਲੱਗ ਜਾਂਦਾ, 1200-1400 ਰੁਪਈਆ ਆਉਣ ਜਾਣ ਦਾ। ਔਰ ਪੰਜਾਬ ਵਿੱਚੋਂ ਜੇ ਤੁਸੀਂ ਹਰਿਮੰਦਰ ਸਾਹਿਬ ਜਾਣਾ ਅਤੇ 400-500 ਰੁਪਈਏ ਦਾ ਤਾਂ ਜਜ਼ੀਆ ਜਾਂ ਰੋਡ ਟੈਕਸ ਜਿਹੜਾ ਤੁਸੀਂ ਇੱਥੇ ਪੰਜਾਬ ਵਿੱਚ ਲਾਇਆ ਹੋਇਆ। ਹੁਣ ਬਾਕੀ ਅੱਗੇ ਆ ਜਾਓ, ਹਰਿਮੰਦਰ ਸਾਹਿਬ ਜਾਣ ਲਈ ਜੇ ਸ਼ਰਧਾਲੂ ਨੇ ਆਉਣਾ, ਠੀਕ ਹੈ, ਉਹ ਪੈਸੇ ਦੇ ਕੇ ਆ ਜਾਂਦੇ ਨੇ। ਹੁਣ ਕੁਛ ਘੰਟਿਆਂ ਲਈ ਗੱਡੀ ਖੜ੍ਹੀ ਕਰਨੀ ਆ ਅਤੇ ਤੁਸੀਂ ਤਾਂ ਭਲਿਓ ਮਾਨਸੋ, ਗੱਡੀ ਖੜ੍ਹੀ ਕਰਨ 'ਤੇ ਵੀ ਪਾਰਕਿੰਗ ਫੀਸ ਲਾਈ ਹੋਈ ਹੈ। ਸਰਾਵਾਂ ਵਿੱਚ ਰਾਤ ਰਹਿਣਾ, ਸਰਾਵਾਂ ਸੰਗਤ ਨੇ ਬਣਾ ਕੇ ਦਿੱਤੀਆਂ ਨੇ ਕਾਰ ਸੇਵਾ ਵਾਲੇ ਬਾਬਿਆਂ ਦੇ ਰਾਹੀਂ, ਦੁਆਨੀ ਨਹੀਂ ਲੱਗੀ, ਸਗੋਂ ਕਾਰ ਸੇਵਾ ਦੇਣ ਦੇ ਨਾਂ 'ਤੇ ਉਹਨਾਂ ਕੋਲੋਂ ਪੈਸੇ ਜ਼ਰੂਰ ਵਸੂਲੇ ਗਏ ਨੇ, ਚਾਰਜ ਕੀਤੇ ਗਏ ਨੇ, ਅਤੇ ਉਹਨਾਂ ਦਾ 1100-1100 ਰੁਪਈਆ ਰਾਤ ਰਹਿਣ ਦਾ ਤੁਸੀਂ ਚਾਰਜ ਕਰਦੇ ਹੋ, ਉਹਨੂੰ ਕੀ ਕਹੋਗੇ? ਜਜ਼ੀਆ ਕਹੋਗੇ, ਡਨ ਕਹੋਗੇ ਕਿ ਸੇਵਾ ਕਹੋਗੇ? ਫਿਰ ਇੱਥੇ ਅੱਗੇ ਚੱਲੋ, ਜਦੋਂ ਪਾਕਿਸਤਾਨ ਦੀ ਯਾਤਰਾ 'ਤੇ ਯਾਤਰੀਆਂ ਨੇ ਜਾਣਾ, ਇੱਕ ਸਰਕਾਰੀ ਫੀਸ ਹੈ, ਉਹਦੇ ਉੱਤੇ ਤਕਰੀਬਨ 250-250 ਤੋਂ ਉੱਤੇ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਚਾਰਜ ਕਰਦੇ ਨੇ ਫਾਰਮ ਭਰਨ ਦੇ, ਵੀ ਅਸੀਂ ਜੀ, ਸਾਡੀ ਐਡਮਿਨਿਸਟ੍ਰੇਸ਼ਨ ਫੀਸ ਹੈ, ਸਾਡੇ ਇਹਨਾਂ ਬੰਦਿਆਂ ਨੂੰ ਜਿਹੜੇ ਇੰਪਲੋਈ ਨੇ ਇਹਨਾਂ ਨੂੰ ਸਾਨੂੰ ਪੈਸੇ ਦੇਣੇ ਪੈਂਦੇ ਨੇ। ਇਹਨਾਂ ਨੂੰ ਪੁੱਛੇ ਜੇ ਤੁਹਾਡੇ ਫਾਰਮ ਭਰਦੇ 250-300 ਤੁਸੀਂ ਲੈਂਦੇ ਹੋ ਵਾਧੂ, ਅਤੇ ਉਹ ਜਿੱਧਰ ਜਿਨ੍ਹਾਂ ਨੇ ਲੰਗਰ ਦਾ ਇੰਤਜ਼ਾਮ ਵੀ ਕੀਤਾ, ਬਾਕੀ ਸਾਰੀ ਰਿਹਾਇਸ਼ ਹਰ ਚੀਜ਼ ਦਾ, ਔਰ ਸਰਾਵਾਂ ਅਤੇ ਸੰਗਤ ਨੇ ਬਣਾ ਕੇ ਦਿੱਤੀਆਂ, ਤੁਸੀਂ ਪੈਸੇ ਚਾਰਜ ਕਰੀ ਜਾ ਰਹੇ ਹੋ 1100 ਰੁਪਈਆ ਰਾਤ ਦਾ, ਉਹਨਾਂ ਨੇ ਤਾਂ ਪੈਸਾ ਵੀ ਆਪਣੇ ਕੋਲੋਂ ਲਾਇਆ, ਔਰ ਸਹੂਲਤ ਸਾਨੂੰ ਦਿੱਤੀ ਆ, ਉਹਨਾਂ ਦਾ ਕੁਛ ਨਹੀਂ ਬਣਦਾ, ਕੁਛ ਨਹੀਂ ਲੱਗਦਾ ਸੀ, ਉਹ ਤਾਂ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਕੌਮ ਹੈ, ਗੁਰੂ ਨਾਨਕ ਸਾਹਿਬ ਦੇ ਪੁਜਾਰੀ ਤਾਂ ਅਸੀਂ ਸੀ। ਜੇ ਸਾਡੀ ਸਹੂਲਤ ਲਈ, ਸਾਡੀ ਭਾਈਚਾਰੀ ਨੂੰ ਪਾਲਣ ਲਈ ਜੇ ਉਹਨਾਂ ਨੇ ਇਹ ਗੱਲ ਖੋਲ੍ਹੀ, ਇਹ ਗੱਲ ਕੀਤੀ, ਅਤੇ ਤੁਸੀਂ ਹੁਣ ਇਹ ਦੱਸੋ ਵੀ ਘੱਟੋ ਘੱਟ ਜੇ ਕੁਛ ਨਹੀਂ ਕਰ ਸਕਦੇ ਤਾਂ ਤਾਰੋ ਪੀਡਾ ਕਰਨ ਦਾ ਯਤਨ ਤਾਂ ਨਾ ਕਰੋ, ਪਰ ਹਰ ਯਤਨ, ਹਰ ਸੰਭਵ ਯਤਨ ਜਿਹੜਾ ਉਹ ਕੀਤਾ ਜਾ ਰਿਹਾ। ਹੁਣ ਇਹਨਾਂ ਨੇ ਇੱਕ ਖਿਮਾ ਕਰਨੀ ਜੋ ਮੈਂ ਲਫਜ਼ ਵਰਤਣ ਢਗਵੰਜ ਰਚਿਆ, ਉਹ ਕਿਉਂ ਮੈਂ ਲਫਜ਼ ਵਰਤਿਆ ਮੈਂ ਉਹ ਵੀ ਦੱਸਦਾ, ਨਗਰ ਕੀਰਤਨ, ਅੰਤਰਰਾਸ਼ਟਰੀ ਨਗਰ ਕੀਰਤਨ ਕੱਢਣ ਦਾ ਜੀ। ਉਹਦੀ ਸ਼ਬਦ ਗੁਰੂ ਦੇ ਦਰਸ਼ਨ ਅਸੀਂ ਸੜਕਾਂ 'ਤੇ ਘੁੰਮ ਫਿਰ ਕੇ ਲੋਕਾਂ ਨੂੰ ਕਰਾਉਣੇ ਨੇ, ਲੋਕਾਂ ਦਾ ਜਨਮ ਸਫਲਾ ਹੋਵੇ, ਔਰ ਸਾਰੇ ਮੁਲਕ ਵਿੱਚ ਥਾਂ ਥਾਂ ਜਾ ਕੇ ਘੁੰਮ ਕੇ ਦਰਸ਼ਨ ਕਰਵਾਏ ਵੀ ਜਾ ਰਹੇ ਨੇ। ਮੈਂ ਪਹਿਲਾਂ ਇਹ ਆਖਦਾ ਗੱਲ ਚੰਗੀ ਆ, ਮਾੜੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਿਸੇ ਨੂੰ ਤੁਸੀਂ ਜਾ ਕੇ ਕਰਵਾਉਂਦੇ ਹੋ, ਕਰਦੇ ਹੋ, ਪਰ ਇੱਕ ਗੱਲ ਦੀ ਅੱਜ ਤੱਕ ਜਿਹੜੀ ਸਮਝ ਨਹੀਂ ਆਈ ਵੀ ਜੇ ਇਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਹੋਇਆ, ਕੀ ਉਹ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਹੈ? ਉਸ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਕੀ ਘੱਟ ਹੈ? ਉਸ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਕਿਸੇ ਦਾ ਪਾਰ ਉਤਾਰਾ ਨਹੀਂ ਹੁੰਦਾ? ਕੀ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਗਲੀਆਂ ਵਿੱਚ ਰੂੜੀਆਂ 'ਤੇ ਖਿਲਾਰੇ ਗਏ ਉਹ ਕੋਈ ਹੋਰ ਗੁਰੂ ਗ੍ਰੰਥ ਸਾਹਿਬ ਸੀ? ਇਸ ਨਗਰ ਕੀਰਤਨ ਦੇ ਪ੍ਰਬੰਧਕਾਂ ਦੇ ਰਾਜ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੱਤਰੇ ਪਾੜੇ ਗਏ ਔਰ ਐਲਾਨੀਆਂ ਪਾੜੇ ਗਏ ਅਤੇ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਵੀ ਇਹਨਾਂ ਹੀ ਪਿਆਰਿਆਂ ਨੇ ਕੀਤੀ ਔਰ ਅੱਜ ਤੱਕ ਕਰ ਰਹੇ ਨੇ। ਸਾਰਾ ਕੁਝ ਹੋਇਆ ਪਰ ਗੁਨਾਹਗਾਰ ਬਚੇ ਹੋਏ ਨੇ ਅਜੇ ਵੀ। ਹੁਣ ਤਾਂ ਇਹ ਵੀ ਆ, ਅਸੀਂ ਜਿਹੜੇ ਪ੍ਰਧਾਨ ਸਾਹਿਬ ਬਣਾ ਲਏ ਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ, ਇਹ ਜੀ ਸੌਦਾ ਸਾਧ ਦੇ ਚੇਲੇ ਨੇ ਜਾਂ ਉਹਦੇ ਨਾਲ ਉੱਥੇ ਜਾਂਦੇ ਆਉਂਦੇ ਰਹੇ ਨੇ। ਪਿੱਛੇ ਜਿਹਾ ਸਵਾਲ ਕੀਤਾ ਗਿਆ ਵੀ ਪ੍ਰਧਾਨ ਸਾਹਿਬ ਤੁਹਾਡੇ 'ਤੇ ਆ ਕਹਿੰਦੇ ਦੂਸ਼ਣ ਲੱਗਾ, ਕਹਿੰਦੇ ਜੀ ਨਹੀਂ ਗਲਤ ਅਫਵਾਹਾਂ, ਉਹ ਕਹਿੰਦੇ ਜੇ ਗਲਤ ਅਫਵਾਹਾਂ
ਅਤੇ ਤੁਹਾਨੂੰ ਤਾਂ ਅਕਾਲ ਤਖਤ ਸਾਹਿਬ ਨੇ ਫਿਰ ਤਨਖਾਹ ਵੀ ਲਾਈ ਸੀ ਇਸ ਕਾਰਨ ਕਰਕੇ ਅਤੇ ਤੁਸੀਂ ਉਹ ਭੁਗਤੀ ਵੀ। ਉਹਨੇ ਜੀ ਮੈਂ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਬਜਾ ਕੇ ਭੁਗਤ ਲਈ ਜੀ, ਵੈਸੇ ਮੈਂ ਕੁਛ ਨਹੀਂ ਕੀਤਾ। ਔਰ ਜਿਹੜੇ ਗਾਂ ਨੇ ਪ੍ਰਧਾਨ ਨੇ ਉਹ ਵੀ ਸਾਬਤ ਹੋ ਗਏ ਵੀ ਕੋਈ ਸੌਦਾ ਸਾਧ ਦਾ ਚੇਲਾ, ਕੋਈ ਆਰ ਐੱਸ ਐੱਸ ਦਾ ਮਰੀਦ ਹੈ, ਉਹਨਾਂ ਦੇ ਕੋਈ ਗੁਲਾਮ ਹੈ, ਪਰ ਬਣੇ ਬੈਠੇ ਨੇ ਸਿੱਖਾਂ ਦੇ ਸਰਦਾਰ। ਪ੍ਰਬੰਧਕ ਤਾਂ ਆਪ ਨਗੁਰੇ ਤੁਰੇ ਫਿਰਦੇ ਨੇ, ਤੁਸੀਂ ਭਲਿਓ ਮਾਨਸੋ ਕੀ ਸਿੱਖੀ ਦਾ ਪ੍ਰਚਾਰ ਕਰਨਾ, ਤੁਸੀਂ ਆਪ ਤਾਂ ਸਿੱਖ ਬਣ ਜਾਓ। ਕੌਡੀ ਕੌਡੀ ਤੋਂ ਮੁਹਤਾਜ ਲੋਕ ਜਥੇਦਾਰ ਬਣ ਕੇ ਜੀ ਹਜ਼ੂਰੀ ਕਰਕੇ ਹੁਕਮਨਾਮੇ ਵੇਚ ਕੇ, ਲਫ਼ਜ਼ ਮੈਂ ਤਾਂ ਦੱਸ ਰਿਹਾ ਚੁੱਕੇ ਦੇ ਸਬੂਤ ਲੋਕਾਂ ਕੋਲ ਆਏ ਨੇ, ਜਿਵੇਂ ਧਨਵੰਤ ਸਿੰਘ ਨੂੰ ਜਾਂ ਹੋਰਨਾਂ ਨੂੰ ਬਚਾਉਣ ਲਈ ਕਿੰਨੇ ਕਿੰਨੇ 'ਚ ਸੌਦਾ ਹੋਇਆ, ਬਾਕੀ ਹੋਇਆ, ਬਹੁਤ ਕੁਛ ਹੈ ਉਹ ਕਰਕੇ ਅੱਜ ਤਾਂ ਇਕੱਲੇ ਨਹੀਂ ਹੋਟਲਾਂ ਦੇ ਮਾਲਕ ਬਣ ਗਏ ਔਰ ਮੁਰਦਾ ਕੱਟਿਆਂ ਦੇ ਵਪਾਰੀ ਬਣ ਕੇ ਕਰੋੜਾਂ ਦੀਆਂ ਸਾਮੀਆਂ ਬਣ ਗਏ ਅਤੇ ਸਾਡੇ ਜਥੇਦਾਰ ਨੇ ਜੀ ਇਹ ਧਰਮ ਦਾ ਪ੍ਰਚਾਰ ਕਰ ਰਹੇ ਨੇ। ਕਿੱਥੇ ਧਰਮ ਦੇ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਆਪ ਗਲੀਆਂ ਵਿੱਚ ਨਿਵਾਸ ਹੁੰਦਾ ਸੀ, ਉੱਥੋਂ ਆਉਂਦੇ ਸਨ ਅਤੇ ਰਸਤੇ ਵਿੱਚ ਜਿੱਧਰ ਦੀ ਆਉਂਦੇ ਸਨ ਦਵੱਲੇ ਸੰਗਤ ਹੱਥ ਜੋੜ ਕੇ ਖੜ੍ਹ ਜਾਂਦੀ ਸੀ ਫਤਿਹ ਬੁਲਾਉਣ ਲਈ, ਸਤਿਕਾਰ ਕਰਨ ਲਈ ਕਿ ਕੌਮ ਦੇ ਜਥੇਦਾਰ ਸਾਹਿਬ ਆ ਰਹੇ ਨੇ ਜਾਂ ਜਾ ਰਹੇ ਨੇ। ਅਤੇ ਅੱਜ ਹਾਲਾਤ ਇਹ ਹੈ, ਜਥੇਦਾਰ ਸਾਹਿਬ ਨੇ ਬਾਹਰ ਨਿਕਲਣਾ ਅਤੇ ਪਹਿਲਾਂ ਜਾ ਕੇ ਸੇਵਾਦਾਰਾਂ ਨੂੰ ਅਤੇ ਬੋਡੀਗਾਰਡ ਨੂੰ ਕਹਿੰਦਾ ਬਾਹਰ ਵੇਖੋ ਕਿਤੇ ਕੋਈ ਬਾਹਰ ਸਿੱਖ ਤਾਂ ਨਹੀਂ ਬੈਠਾ, ਖੜ੍ਹਾ ਤਾਂ ਨਹੀਂ। ਜਥੇਦਾਰ ਨੂੰ ਗੱਡੀਆਂ ਵਿੱਚ ਵੀ ਕਿਡਨੈਪ ਕਰਕੇ ਖੜ੍ਹਨਾ, ਇਸ ਤਰ੍ਹਾਂ ਕਾਹਦੀ ਜਥੇਦਾਰੀ, ਕਾਹਦੀ ਸਰਦਾਰੀ, ਉਹ ਲਾਹਣਤ ਹੈ ਇੱਦਾਂ ਦੀ ਜਥੇਦਾਰੀ 'ਤੇ ਜੇ ਤੁਸੀਂ ਕੌਮ ਦੇ ਵਿੱਚ ਆਪਣੇ ਆਪ ਸਿੱਧੇ ਤੌਰ 'ਤੇ ਵਿਚਰ ਨਹੀਂ ਸਕਦੇ। ਇਹ ਅੱਜ ਦੇਖੋ ਜਿੰਨੇ ਨਗਰ ਕੀਰਤਨ ਨੇ, ਜਿੰਨੇ ਆ ਰਹੇ, ਤੁਸੀਂ ਇਹਨਾਂ ਵਿੱਚ ਕਿਤੇ ਢੂੰਡਿਆਂ ਮੈਨੂੰ ਭਾਈ ਲਾਲੋ ਦੇ ਦਰਸ਼ਨ ਕਰਵਾਇਓ, ਕਿਤੇ ਤੁਹਾਨੂੰ ਭਾਈ ਲਾਲੋ ਨਹੀਂ ਮਿਲੇਗਾ। ਇਹਦੇ ਵਿੱਚ ਵੱਡੇ ਵੱਡੇ ਪੂੰਜੀਪਤੀ, ਰਾਜਨੀਤਿਕ ਲੀਡਰ ਅਤੇ ਧਨਾੜ ਜਿਹੜੇ ਨੇ ਉਹ ਮਿਲਣਗੇ। ਪੜਾਅ ਨੇ, ਪੜਾਵਾਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖੜ੍ਹਦਾ, ਪਾਲਕੀ ਖੜ੍ਹਦੀ ਹੈ, ਉਹਦੇ ਮੋਹਰਲੇ ਪਾਸੇ ਵੇਖਿਓ ਫੋਟੋਆਂ ਮੌਜੂਦ ਨੇ, ਕੋਈ ਦੂਸ਼ਣਬਾਜ਼ੀ ਨਹੀਂ। ਜਿੰਨੇ ਪੂੰਜੀਪਤੀ ਨੇ, ਧਨਾੜ ਨੇ, ਲੀਡਰ ਨੇ, ਉਹ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਜਿਹਦੇ ਦਰਸ਼ਨ ਕਰਵਾਉਣ ਲਈ ਤੁਸੀਂ ਗਲੀ ਗਲੀ ਤੁਰੇ ਫਿਰਦੇ ਹੋ, ਉਹਨਾਂ ਫੋਟੋਆਂ ਵਿੱਚੋਂ ਤੁਸੀਂ ਮੈਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਉਸ ਸ਼ਬਦ ਗੁਰੂ ਦੇ ਦਰਸ਼ਨ ਕਰਕੇ ਦਿਖਾਇਓ। ਤੁਹਾਨੂੰ ਸਿਰਫ ਉਹ ਕਾਲੇ ਪੀਲੇ ਜਿੰਨੇ ਨੇ ਚਿੱਟੇ ਚਿਹਰੇ ਮਿਲਣਗੇ, ਵੱਡੇ ਵੱਡੇ ਪੂੰਜੀਪਤੀ ਮਿਲਣਗੇ, ਮਾਇਆਧਾਰੀ ਮਿਲਣਗੇ, ਔਰ ਯੂ ਬਣਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਤੱਕ ਨੂੰ ਬਿਲਕੁਲ ਢੱਕ ਲਿਆ ਜਾਂਦਾ ਔਰ ਕੇਵਲ ਉਹਨਾਂ ਨੇ ਆਪਣੀ ਸ਼ਖਸੀਅਤ ਨੂੰ ਚਮਕਾਉਣ ਦਾ ਇੱਕ ਸਾਧਨ ਬਣਾ ਲਿਆ। ਹੁਣ ਸਾਰੇ ਨਗਰ ਕੀਰਤਨ ਵਿੱਚ ਪ੍ਰਚਾਰ ਹੋਇਆ, ਪੈਸਾ ਇਕੱਠਾ ਕੀਤਾ, ਕੌਮ ਦਿੰਦੀ ਹੈ, ਬਹੁਤ ਚੰਗੀ ਗੱਲ ਹੈ, ਬਸ਼ਰਤੇ ਕਿਸੇ ਯੋਗ ਥਾਂ 'ਤੇ ਲੱਗ ਜਾਏ। ਇਹ ਸਾਰਾ ਤੁਸੀਂ ਕਿਤੇ ਦੱਸੋ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਪ੍ਰਚਾਰਨ ਲਈ ਇਹਦਾ ਕਿਤੇ ਪ੍ਰਚਾਰ ਕੀਤਾ ਗਿਆ ਹੋਵੇ। ਗੁਰੂ ਨਾਨਕ ਸਾਹਿਬ ਨੂੰ ਤਾਂ ਹੁੱਜਾ ਮਾਰ ਕੇ ਕੱਢ ਹੀ ਪਾਸੇ ਦਿੱਤਾ, ਇਹ ਤਾਂ ਇੱਕ ਪਰਿਵਾਰ ਨੂੰ ਪ੍ਰਮੋਟ ਕਰਨ ਲਈ ਸਾਰਾ ਯਤਨ ਜਿਹੜਾ ਹੋ ਰਿਹਾ। ਹੁਣ ਮੈਂ ਇੱਕ ਥਾਂ ਵੇਖਿਆ, ਇੱਕ ਲੀਡਰਾਂ ਦੇ ਤੀਵੀਂ ਆਦਮੀ ਦੋਵੇਂ ਇੱਕ ਬਾਲਟੀਆਂ ਨਾ 4-4 ਕਿਲੋ ਵਾਲੀਆਂ ਚੱਕ ਕੇ ਅਤੇ ਸੰਗਤ ਵਿੱਚ ਤੁਰੇ ਫਿਰਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿੱਚ ਕਦੇ ਗਲਾਸ ਚੁੱਕ ਕੇ ਪਾਣੀ ਦਾ ਮੂੰਹ ਨੂੰ ਨਹੀਂ ਲਾਇਆ, ਬਸ ਉਨੇ ਮਿੰਟਾਂ ਲਈ ਜਿੰਨਾ ਚਿਰ ਲਈ ਕੈਮਰਾ ਉੱਥੇ ਆ, ਮੁੜ ਕੇ ਗਾਂ ਅਗਲਿਆਂ ਨੂੰ, ਇਹਨੂੰ ਪਖੰਡ ਨਾ ਕਹੋਗੇ ਤਾਂ ਕੀ ਕਹੋਗੇ। ਇਹ ਪਖੰਡ ਤਾਂ ਸੱਜਣ ਠੱਗ ਵੀ ਕਰਦਾ ਸੀ, ਪਰ ਹੁਣ ਸਿਆਣੇ ਪੜਚੋਲ ਕਰਨ ਵਾਲੇ ਆਖਦੇ ਨੇ ਕਿ ਨਗਰ ਕੀਰਤਨ ਵਿੱਚੋਂ 12-14 ਅਰਬ ਰੁਪਈਆ ਜਿਹੜਾ ਇੰਨਾ ਇਕੱਠਾ ਹੋਣਾ, ਔਰ ਪਹਿਲਾਂ ਵੀ ਜਦੋਂ 300 ਸਾਲਾਂ ਗੁਰੂ ਸਾਹਿਬ ਜੀ ਦੇ ਜਦੋਂ 300 ਸਾਲ ਗੁਰੂ ਦੇ ਨਾਲ ਆ ਕੇ ਜਦੋਂ ਨਗਰ ਕੀਰਤਨ ਕੱਢਿਆ ਉਦੋਂ ਵੀ 10 ਅਰਬ ਰੁਪਈਆ ਇਕੱਠਾ ਕੀਤਾ। ਉਹ ਤੋਂ ਬਾਅਦ ਇੱਕ ਸ਼ਸਤਰ ਦਰਸ਼ਨ ਯਾਤਰਾ ਦੇ ਨਾਂ 'ਤੇ ਇੱਕ ਯਾਤਰਾ ਕੱਢੀ ਗਈ। ਜਦੋਂ ਪਟਿਆਲੇ ਤੋਂ ਯਾਤਰਾ ਆਰੰਭ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ
ਔਰ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਦੋ ਉੱਚੀਆਂ ਕੁਰਸੀਆਂ ਡਾਹੀਆਂ ਗਈਆਂ, ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਲਈ ਅਤੇ ਇੱਕ ਅਕਾਲੀ ਦਲ ਦੇ ਪ੍ਰਧਾਨ ਬਾਦਲ ਲਈ। ਗੁਰੂ ਗ੍ਰੰਥ ਸਾਹਿਬ ਨਾਲੋਂ ਉੱਚੇ ਥਾਂ ਦੇ ਉੱਤੇ ਉਹ ਕੁਰਸੀਆਂ ਦੇ ਉੱਤੇ ਪਿੱਛੇ ਬੈਠੇ ਨੇ ਅਤੇ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਦੇ ਪੈਰਾਂ ਵਿੱਚ ਜਾ ਕੇ ਬੈਠੇ ਨੇ, ਪੈਰਾਂ ਵਿੱਚ। ਤੁਸੀਂ ਵੇਖ ਸਕਦੇ ਹੋ ਉਹ ਮੂਵੀਆਂ ਪੁਰਾਣੀਆਂ ਫੋਟੋਆਂ ਕੱਢ ਕੇ, ਬਿਲਕੁਲ ਪੈਰਾਂ ਦੇ ਉੱਤੇ। ਹੋਵੇ ਅਕਾਲ ਤਖਤ ਸਾਹਿਬ ਦਾ ਜਥੇਦਾਰ, ਹੋਵੇ ਕੋਈ ਕੇਸਗੜ੍ਹ ਸਾਹਿਬ ਦਾ ਜਥੇਦਾਰ, ਕਿੱਥੋਂ ਲਿਆਵੋਗੇ ਗੱਲਾਂ ਤਾਂ ਅੱਜ ਕਰਦੇ ਹੋ। ਪਿੱਛੇ ਜਿਹੇ ਜਥੇਦਾਰ ਸਾਹਿਬ ਨੇ ਸਪੀਚ ਵੀ ਇੱਕ ਦਿੱਤੀ ਸੀ ਵੀ ਜਥੇਦਾਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ, ਪਰ ਗੱਲ ਤਾਂ ਠੀਕ ਹੈ, ਹੋਣਾ ਚਾਹੀਦਾ, ਅਸੀਂ ਵੀ ਮੰਨਦੇ ਹਾਂ ਹੋਣਾ ਚਾਹੀਦਾ ਵੀ ਬਾਬਾ ਫੂਲਾ ਸਿੰਘ ਜੀ ਵਰਗਾ ਹੋਣਾ ਚਾਹੀਦਾ, ਪਰ ਗੱਲ ਤਾਂ ਤੁਹਾਨੂੰ ਬਣਨ ਤੋਂ ਰੋਕਦਾ ਕੌਣ ਹੈ, ਤੁਹਾਡੇ ਉਸ ਰਸਤੇ ਵਿੱਚ ਅੜਿੱਕਾ ਕੌਣ ਹੈ, ਸਵਾਏ ਤੁਹਾਡੇ ਆਪਣੇ ਸਵਾਰਥ ਤੋਂ। ਬਣ ਜਾਓ, ਅੱਜ ਬਣ ਜਾਓ, ਕੌਮ ਸਿਰ 'ਤੇ ਚੁੱਕ ਲਏਗੀ, ਅੱਖਾਂ 'ਤੇ ਬਿਠਾਵੇਗੀ। ਜਦੋਂ ਆਏ ਹੁਣ ਸ਼ਸਤਰ ਦਰਸ਼ਨ ਉਹ ਕਰਵਾ ਰਹੇ ਨੇ ਖਿਮਾ ਕਰਨੀ ਜਿਨ੍ਹਾਂ ਜਥੇਦਾਰਾਂ ਦੀ ਡਿਊਟੀ ਹੈ, ਜਿਨ੍ਹਾਂ ਦੀ ਆਪਣੀ ਡਿਊਟੀ ਹੈ ਸ਼ਸਤਰਾਂ 'ਤੇ ਦਰਸ਼ਨ, ਸ਼ਸਤਰਾਂ ਦੇ ਦਰਸ਼ਨ ਤਖਤਾਂ 'ਤੇ ਕਰਵਾਉਣ ਦੀ, ਪਰ ਉੱਥੇ ਨਹੀਂ ਕਰਵਾਉਣੇ, ਸੜਕਾਂ 'ਤੇ ਘੁੰਮ ਕੇ ਕਰਵਾਉਣੇ ਜੀ ਅਸੀਂ, ਕਿਉਂਕਿ ਉੱਥੇ ਸੇਵਾ ਮਿਲਦੀ ਹੈ, ਉੱਥੇ ਪੈਸੇ ਮਿਲਦੇ ਨੇ, ਕਿਉਂਕਿ ਮਕਸਦ ਜਿਹੜਾ ਹੈ ਮਾਇਆ ਇਕੱਠੀ ਕਰਨਾ। ਮੈਂ ਫੇਕਰਾਂ ਦਿੰਦੀ ਹੈ ਸੰਗਤ, ਜ਼ਰੂਰ ਲਓ ਮਾਇਆ, ਪਰ ਗੱਲ ਤਾਂ ਉਹਦਾ ਕੋਈ ਹਿਸਾਬ ਵੀ ਰੱਖੋ। ਉਹ ਇੰਨੇ ਪੈਸੇ ਨਾਲ ਤਾਂ ਕਈ ਯੂਨੀਵਰਸਿਟੀਆਂ, ਕਈ ਸਕੂਲ, ਕਈ ਹਸਪਤਾਲ, ਇੱਕ ਮਲਟੀ ਸਪੈਸ਼ਲਿਟੀ ਅਦਾਰੇ ਜਿਹੜੇ ਨੇ ਉਹ ਬਣਾਏ ਜਾ ਸਕਦੇ ਨੇ, ਜਿੱਥੇ ਗਰੀਬ ਪਰਿਵਾਰਾਂ ਨੂੰ, ਗਰੀਬ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾ ਸਕੇ, ਜਿੱਥੇ ਗਰੀਬ ਪਰਿਵਾਰਾਂ ਦਾ ਮੁਫਤ ਇਲਾਜ ਕਰਵਾਇਆ ਜਾ ਸਕੇ, ਪਰ ਨਹੀਂ। ਦੱਸੋ, ਜੇ ਕ੍ਰਿਸਚੀਅਨ ਸਾਡੇ ਪੰਜਾਬ ਵਿੱਚ ਆ ਕੇ ਸੱਤ ਸਮੁੰਦਰੋਂ ਪਾਰ ਹਰ ਦੂਜੇ ਪਿੰਡ ਵਿੱਚ ਚਰਚ ਖੋਲ੍ਹ ਕੇ ਲੋਕਾਂ ਨੂੰ ਕਰੋੜਾਂ ਦੀ ਗਿਣਤੀ ਵਿੱਚ ਚਰਚ ਈਸਾਈ ਬਣਾ ਸਕਦੇ ਨੇ, ਇੱਕ ਠੇਕੇਦਾਰ ਦੇ ਰੂਪ ਵਿੱਚ ਧਰਮਾਂ ਦੇ ਡੇਰੇਦਾਰ ਜਿਹੜੇ ਨੇ ਉਹ ਸਬਸਿਡਾਈ ਸੇਵਾਵਾਂ ਦੇ ਦੇ ਕੇ ਆਪਣੇ ਪੈਰੋਕਾਰਾਂ ਨੂੰ, ਆਪਣੇ ਚੇਲਿਆਂ ਨੂੰ ਉਹ ਆਪਣੇ ਮਗਰ ਲਾ ਸਕਦੇ ਨੇ ਕਰੋੜਾਂ ਦੀ ਗਿਣਤੀ ਵਿੱਚ। ਅਤੇ ਇੱਕ ਦੱਸੋ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਜਿਨ੍ਹਾਂ ਦੋਵਾਂ ਅਦਾਰਿਆਂ ਦਾ ਬਜਟ ਅਰਬਾਂ ਰੁਪਈਆਂ ਵਿੱਚ ਹੈ, ਅਰਬਾਂ ਰੁਪਈਆਂ ਵਿੱਚ, ਉਹ ਕਿਸੇ ਨੂੰ ਜਿਹੜੀ ਮੁਫਤ ਪੜ੍ਹਾਈ ਕਿਉਂ ਨਹੀਂ ਕਰਵਾ ਸਕਦੇ, ਉਹ ਮੁਫਤ ਇਲਾਜ ਕਿਉਂ ਨਹੀਂ ਕਰਵਾ ਸਕਦੇ। ਅੱਜ ਤਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਂ 'ਤੇ ਬਣਿਆ ਹੋਇਆ ਹਸਪਤਾਲ, ਜਿਹਦੀਆਂ ਹਰ ਤੀਏ ਦਿਨ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਨੇ, ਵਟਸਐਪ 'ਤੇ ਆਉਂਦੀਆਂ ਨੇ ਵੀ ਸਭ ਤੋਂ ਬਦਤਰ ਹਾਲਤ ਜਿਹੜੀ ਹੈ ਉੱਥੇ ਦੀ, ਕਿਉਂ, ਕਾਰਨ ਕੀ? ਹੋਣੀ ਤਾਂ ਚਾਹੀਦੀ ਸੀ। ਤੁਸੀਂ ਲੋਕ ਅੱਜ ਡੀ ਐੱਮ ਸੀ ਵੱਲ ਨੂੰ, ਸੀ ਐੱਮ ਸੀ ਵੱਲ ਨੂੰ ਜੀ ਦੌੜਦੇ ਨੇ, ਦੋਵੇਂ ਅਦਾਰੇ ਪ੍ਰਾਈਵੇਟ ਨੇ, ਫਿਰ ਤੁਹਾਡੇ ਕੋਲ ਕਿਉਂ ਅਦਾਰਾ ਐਡਾ ਕੋਈ ਨਹੀਂ, ਕੋਈ ਕਿਉਂ ਨਹੀਂ, ਤੁਸੀਂ ਕਿਉਂ ਨਹੀਂ ਇਹਨੂੰ ਡਿਵੈਲਪ ਕਰ ਸਕਦੇ? ਹੁਣ ਠੀਕ ਹੈ, ਖੈਰ ਅਨਾਊਂਸਮੈਂਟ, ਹੁਣ ਜਿੱਧਰੋਂ ਸੁਣੋ ਅਨਾਊਂਸਮੈਂਟਾਂ ਹੋ ਰਹੀਆਂ ਨੇ, ਹੈਰਾਨੀ ਵੀ ਹੁੰਦੀ, ਮੈਂ ਇੱਕ ਵਾਰ ਬੈਠਾ ਸੋਚ ਵੀ ਰਿਹਾ ਸੀ। ਅਨਾਊਂਸਮੈਂਟਾਂ ਕੀ ਹੁੰਦੀਆਂ ਨੇ ਜੀ? ਅਸੀਂ 550 ਤਿਆਰ ਬਾਰ ਤਿਆਰ ਚੋਲਿਆਂ ਵਾਲੇ ਸਿੰਘ ਜਿਹੜੇ ਨੇ ਉਹ ਨਗਰ ਕੀਰਤਨ ਦੇ ਨਾਲ ਨਾਲ ਤੋਰਾਂਗੇ। ਦੂਜੀ ਆ ਗਈ ਜੀ, 550 ਮੋਟਰਸਾਈਕਲ ਵਾਲੇ ਦਮਾਲਿਆਂ ਵਾਲੇ ਸਿੰਘਾਂ ਦਾ ਜਥਾ ਜਿਹੜਾ ਨਗਰ ਕੀਰਤਨ ਦੇ ਨਾਲ ਚੱਲੇਗਾ। ਕਿਸੇ ਨੇ 550 ਰਾਗੀ ਜਥੇ ਇਕੱਠੇ ਕਰਕੇ ਕੀਰਤਨ ਦਰਬਾਰ ਕਰਵਾ ਦਿੱਤਾ, ਉਹ ਵੱਖਰੀ ਗੱਲ ਹੈ ਵੀ ਉਸ ਕੀਰਤਨ ਦਰਬਾਰ ਵਿੱਚ, ਕੀਰਤਨ ਵਿੱਚ ਬੈਠੇ ਭਾਵੇਂ ਸਾਰੇ ਨੰਗੇ ਸਿਰ ਹੀ ਸਨ, ਜੁੱਤੀਆਂ ਪਾ ਕੇ ਬੈਠੇ ਸਨ, ਧਰਮ ਦੇ ਮਰਿਆਦਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ, ਪਰ ਦੇਖਿਓ ਹੋਣਾ ਉਹਨਾਂ 'ਤੇ ਵੀ ਕੁਛ ਨਹੀਂ, ਕਿਉਂਕਿ ਉਹ ਧੱਜੀਆਂ ਉਡਾਉਣ ਵਾਲੇ ਉਸੇ ਪਾਰਟੀ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਥਾਪੇ ਹੋਏ ਜਥੇਦਾਰ ਨੇ ਬੈਠੇ ਤਖਤਾਂ 'ਤੇ। ਕੋਈ ਆਖ ਰਿਹਾ ਮੈਂ 550 ਤਰ੍ਹਾਂ ਦੇ ਲੰਗਰ ਜਿਹੜੇ ਨੇ, ਪਕਵਾਨ ਜਿਹੜੇ ਨੇ ਲੰਗਰ ਵਿੱਚ ਵਰਤਾਉਣੇ ਨੇ, ਵਰਤ ਵੀ ਰਹੇ ਨੇ, ਮੈਂ ਨਹੀਂ ਆਉਂਦਾ, ਨਹੀਂ ਵਰਤ ਰਹੇ ਨੇ। ਕੋਈ ਆਉਂਦਾ 550 ਅਖੰਡ ਪਾਠਾਂ ਦੀ ਲੜੀ ਅਸੀਂ ਸ਼ੁਰੂ ਕੀਤੀ ਹੋਈ ਹੈ, ਕੋਈ ਆਉਂਦਾ 550 ਸਹਿਜ ਪਾਠਾਂ ਦੇ ਭੋਗ ਜਿਹੜੇ ਨੇ ਉਹ ਇਕੱਲੇ ਨੇ ਇੱਕੋ ਵੇਲੇ ਪਾਉਣੇ ਨੇ। ਪਰ ਅੱਜ ਤੱਕ ਖਿਮਾ ਕਰਿਓ, ਮੈਂ ਕਿਸੇ ਦੇ ਮੂੰਹੋਂ ਇਹ ਨਹੀਂ ਸੁਣਿਆ
ਭਈ 550 ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅਤੇ 550 ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਜਿੱਥੋਂ ਤੱਕ ਵੀ ਉਹ ਪੜ੍ਹਨਾ ਚਾਹੁਣ ਅਸੀਂ ਮੁਫ਼ਤ ਪੜ੍ਹਾਵਾਂਗੇ। ਕਿਸੇ ਦੇ ਮੂੰਹ 'ਚੋਂ ਇਹ ਨਹੀਂ ਸੁਣਿਆ ਕਿ 550 ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅਸੀਂ ਕਿੱਤਾ ਮੁਖੀ ਕੋਰਸ ਕਰਵਾ ਕੇ ਅਤੇ ਰੋਜ਼ੀ ਰੋਟੀ ਦੇ ਯੋਗ ਬਣਾਵਾਂਗੇ। ਮੈਂ ਨਿਕਲ ਗਈ ਹੋਵੇ ਮੈਨੂੰ ਨਹੀਂ ਪਤਾ ਕਿਸੇ ਮੇਰੇ ਪਾਸੋਂ, ਪਰ ਮੈਂ ਨਹੀਂ ਸੁਣਿਆ ਅੱਜ ਤੱਕ ਕਿਸੇ ਨੇ ਇਹ ਕਿਹਾ ਹੋਵੇ 550 ਗਰੀਬ ਕਿਸਾਨ ਮਜ਼ਦੂਰ ਜੋ ਗਰੀਬੀ ਜਾਂ ਕਰਜ਼ੇ ਦੀ ਮਾਰ ਨਾਲ ਖੁਦਕਸ਼ੀ ਕਰਨ ਦੀ ਹਾਲਤ ਤੱਕ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਦੀ ਸਾਰ ਲਵਾਂਗੇ, ਉਹਨਾਂ ਦੀ ਮਦਦ ਕਰਾਂਗੇ। ਪਾਕਿਸਤਾਨ ਸਰਕਾਰ ਨੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਂ 'ਤੇ ਯੂਨੀਵਰਸਿਟੀ ਬਣਾ ਦਿੱਤੀ। ਹੁਣ ਜਿਹੜੇ ਕਹਿੰਦੇ ਨੇ ਵੀ ਉਹਨਾਂ ਨੇ 72 ਸਾਲਾਂ ਬਾਅਦ ਕਿਉਂ ਬਣਾਈ, ਤੁਹਾਨੂੰ ਮੌਤ ਪੈਂਦੀ ਆ, ਤੁਸੀਂ ਹੁਣ ਇੱਕ ਦੀ ਥਾਂ 'ਤੇ ਦੋ ਬਣਾ ਦਿਓ, ਤੁਸੀਂ ਦੋ ਹਸਪਤਾਲ ਬਣਾ ਦਿਓ, ਕੌਣ ਰੋਕਦਾ? ਤੁਸੀਂ ਕਿਸੇ ਨੂੰ ਜੋ ਭੰਡਦੇ ਹੋ ਆਪ ਕਰੋ। ਤੁਸੀਂ ਇੱਕ ਅੱਜ ਸਾਰਾ ਕੰਮ ਯਥਾਰਥ ਵਾਲਾ ਕਰਨ ਦੀ ਥਾਂ 'ਤੇ ਤੁਸੀਂ ਨਗਰ ਕੀਰਤਨ, ਪੰਡਾਲ, ਕੀਰਤਨ ਦਰਬਾਰ, ਕਵੀ ਦਰਬਾਰ ਇਹੋ ਹੀ ਖੇਲੀ ਜਾ ਰਹੇ ਹੋ। ਅੱਜ ਪੰਡਾਲ ਤੇਰਾ ਵੱਡਾ ਕਿ ਪੰਡਾਲ ਮੇਰਾ ਵੱਡਾ, ਨਗਰ ਕੀਰਤਨ ਤੇਰਾ ਵੱਡਾ ਕਿ ਸਾਡਾ ਵੱਡਾ, ਲੰਗਰ ਤੁਹਾਡਾ ਚੰਗਾ ਕਿ ਲੰਗਰ ਸਾਡਾ ਚੰਗਾ। ਉਹ ਜਿਸ ਗੁਰੂ ਨਾਨਕ ਸਾਹਿਬ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ, ਇੱਕ ਓਅੰਕਾਰ, ਗੱਲ ਹੀ ਇੱਕ ਤੋਂ ਜਿਨ੍ਹਾਂ ਨੇ ਸ਼ੁਰੂ ਕੀਤੀ, ਨਾਲੇ ਕਿਹਾ ਜੇ ਇੱਕ ਹੋਏ ਤਾਂ ਉਗਵੈ, ਬੀਓ ਬੀਜ ਪਤ ਲੈ ਗਏ ਆ ਕਿਉਂ ਅਬ ਕਿਉਂ ਉਗਵੈ ਦਾਲ। ਗੁਰਮਤਿ ਤੇ ਕਹਿੰਦੀ ਇਹ ਸੀ ਏਕ ਪਿਤਾ ਏਕ ਸਕੇ ਹਮ ਬਾਰਕ, ਅਤੇ ਅਸੀਂ ਕਿਹੜੀ ਗੱਲ ਵਿੱਚ ਇਹ ਸਿਧਾਂਤ ਛੱਡ ਕੇ ਅਸੀਂ ਆਪਸ ਵਿੱਚ ਉਲਝੀ ਫਿਰਦੇ ਹਾਂ। ਕਿਸੇ ਸ਼ਾਇਰ ਨੇ ਆਖਿਆ ਸੀ ਰਹੀ ਮੁੰਡੋਂ ਬਾਦੀ ਦੇਸ਼ ਵਾਸੀਆਂ ਦੀ ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ, ਇੱਥੇ ਵਰਨ ਟੁਕੜੇ, ਇੱਥੇ ਮਜ਼ਹਬ ਟੁਕੜੇ, ਬਾਦਸ਼ਾਹ ਟੁਕੜੇ ਅਤੇ ਦਰਵੇਸ਼ ਟੁਕੜੇ, ਉਹ ਸਾਰੀ ਉਮਰ ਜਿਸ ਜੋੜਿਆ ਟੁਕੜਿਆਂ ਨੂੰ ਇਹਨਾਂ ਉਸ ਦਾ ਕੀਤਾ ਉਪਦੇਸ਼ ਟੁਕੜੇ। ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਜ਼ਿੰਦਗੀ ਏਕਤਾ ਦਾ ਉਪਦੇਸ਼ ਦਿੱਤਾ, ਦੂਜਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲਿਆ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿ ਵੀ ਦੇਖੋ ਇਹਨੂੰ ਕਿਸੇ ਮਰਜ਼ੀ ਐਂਗਲ ਤੋਂ ਲੈ ਲਓ, ਗੁਰੂ ਨਾਨਕ ਸਾਹਿਬ ਦੇ ਪੰਜ ਭੂਤਕ ਸਰੀਰ ਤਿਆਗਣ ਤੋਂ ਬਾਅਦ ਇੱਕੋ ਇੱਕ ਰਹਿਵਰ ਨੇ ਸਾਰੀ ਦੁਨੀਆ ਵਿੱਚ ਜਿੱਥੇ ਜਾ ਕੇ ਇਸ ਗੱਲ 'ਤੇ ਖਿੱਚੋ ਥਾਣ ਹੋ ਰਹੀ ਹੈ, ਇੱਕ ਆਖਦਾ ਕਿ ਸੰਸਕਾਰ ਦੀਆਂ ਰਸਮਾਂ ਅਸੀਂ ਕਰਨੀਆਂ ਨੇ, ਦੂਜਾ ਕਹਿੰਦਾ ਅੰਤਮ ਰਸਮਾਂ ਅਸੀਂ ਨਿਭਾਉਣੀਆਂ ਨੇ, ਮਜ਼ਹਬ ਦੋਨੇ ਹੀ ਵੱਖੋ ਵੱਖ ਨੇ। ਮੈਂ ਨਹੀਂ ਆਂਦਾ ਗੱਲ ਚੰਗੀ ਹੋਈ, ਪਰ ਕਿੰਨਾ ਕੁ ਪਿਆਰ ਉਹਨਾਂ ਨੇ ਦਿੱਤਾ ਹੋਏਗਾ ਲੋਕਾਂ ਨੂੰ। ਮੁਸਲਮਾਨ ਆਖ ਰਹੇ ਨੇ ਸਾਡੇ ਪੀਰ ਸਨ, ਅਸੀਂ ਇਹਨਾਂ ਨੂੰ ਦਫਨਾਉਣਾ ਹੈ, ਉਹ ਦੂਸਰੇ ਆਖ ਰਹੇ ਨੇ ਸਾਡੇ ਗੁਰੂ ਸਨ ਨਹੀਂ, ਅਸੀਂ ਇਹਨਾਂ ਦਾ ਸੰਸਕਾਰ ਕਰਨਾ। ਫਿਰ ਜੋ ਆ ਰਿਹਾ ਰਵਾਇਤ ਅਨੁਸਾਰ ਕਿ ਜਦੋਂ ਆਖਣ ਲੱਗੇ ਭਲਿਓ ਸਰੀਰ ਦੇ ਦਰਸ਼ਨ ਤਾਂ ਕਰ ਲਓ, ਦੇਖਣ ਲੱਗੇ ਤਾਂ ਉੱਥੇ ਕੁਝ ਫੁੱਲ ਪਏ ਸਨ ਅਤੇ ਚਾਦਰ ਸੀ। ਇਹ ਠੀਕ ਹੈ, ਉਸ ਚਾਦਰ ਨੂੰ ਅੱਧੋ ਅੱਧ ਕਰਕੇ ਅਤੇ ਉਹਨਾਂ ਫੁੱਲਾਂ ਨੂੰ ਅੱਧੋ ਅੱਧ ਕਰਕੇ ਕਿਸੇ ਨੇ ਦਫਨਾ ਦਿੱਤਾ, ਕਿਸੇ ਨੇ ਸੰਸਕਾਰ ਕਰ ਦਿੱਤਾ। ਪਰ ਮੈਂ ਬੇਨਤੀ ਕਰਾਂ, ਭਾਵੇਂ ਇਹ ਗੱਲ ਉਹਨਾਂ ਦੀ ਸਿੱਖਿਆ ਦੇ ਉਲਟ ਸੀ, ਇਹ ਦਫਾੜ ਪਾਉਣ ਵਾਲੀ ਗੱਲ ਸੀ, ਪਰ ਸੀ ਪਿਆਰ ਵਿੱਚੋਂ ਨਿਕਲੀ, ਸੀ ਸਤਿਕਾਰ ਵਿੱਚੋਂ ਨਿਕਲੀ। ਕਿੰਨੀ ਕੁ ਭਾਵਨਾ ਹੋਵੇਗੀ ਉਹਨਾਂ ਮਨੁੱਖਾਂ ਦੀ ਕਿ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਛੱਡ ਕੇ ਇੱਕ ਗੁਰੂ ਸਾਹਿਬ ਦੇ ਸਰੀਰ ਦਾ ਦੀ ਅੰਤਮ ਕਿਰਿਆ ਕਰਨ ਵਾਸਤੇ ਉਹ ਕਹਿੰਦੇ ਨੇ ਅਸੀਂ ਆਪਣੇ ਢੰਗ ਨਾਲ ਕਰਨਾ, ਅਸੀਂ ਆਪਣੇ ਢੰਗ ਨਾਲ ਕਰਨਾ। ਪਰ ਇਹ ਵੀ ਕੋਈ ਕੌਤਕ ਹੀ ਸੀ, ਇਸੇ ਗੱਲ ਦਾ ਜਿੱਥੇ ਆਖਿਆ ਨਾ ਰਹੀ ਮੁੰਡੋਂ ਵਾਦੀ ਦੇਸ਼ ਵਾਸੀਆਂ ਦੀ ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ, ਇੱਥੇ ਵਰਨ ਟੁਕੜੇ, ਇੱਥੇ ਮਜ਼ਹਬ ਟੁਕੜੇ, ਬਾਦਸ਼ਾਹ ਟੁਕੜੇ ਅਤੇ ਦਰਵੇਸ਼ ਟੁਕੜੇ, ਸਾਰੀ ਉਮਰ ਜਿਸ ਜੋੜਿਆ ਟੁਕੜਿਆਂ ਨੂੰ ਇਹਨਾਂ ਉਸ ਦਾ ਕੀਤਾ ਉਪਦੇਸ਼ ਟੁਕੜੇ। ਪਰ ਗਾਂ ਦੀ ਅਖਰੀ ਸੀ, ਉਹਨੇ ਲਿਖਾਰੀ ਲਿਖਦਾ ਕਿ ਜਿਸ ਰਾਵੀ 'ਤੇ ਚਾਦਰ ਦੇ ਹੋਏ ਟੁਕੜੇ ਉਸੇ ਰਾਵੀ ਤੋਂ ਹੋ ਗਿਆ ਦੇਸ਼ ਟੁਕੜੇ। ਉਹਨਾਂ ਦੇ ਸਿਧਾਂਤਾਂ ਦੇ ਉਲਟ ਗੱਲ ਕਰਕੇ ਭਾਵੇਂ ਪਿਆਰ ਨਾਲ ਕੀਤੀ, ਜਿਸ ਰਾਵੀ ਦੇ ਕੰਢੇ 'ਤੇ ਬੈਠ ਕੇ ਚਾਦਰ ਪਾੜੀ ਅਤੇ ਉਸੇ ਰਾਵੀ ਤੋਂ ਦੇਸ਼ ਦੇ ਦੋ ਟੋਟੇ ਹੋ ਗਏ, ਮੁਲਕ ਦੀ ਵੰਡ ਹੋ ਗਈ। ਪਰ ਉਹਨਾਂ ਦਾ ਪੇ ਪੈਗਾਮ ਕਿ ਜਾਣੋ ਜੋਤ
ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਉਹਨਾਂ ਦਾ ਇਹ ਪੈਗਾਮ ਕਿ ਜਾਤ ਜਨਮ ਨੇ ਪੁੱਛੀਏ ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਕੀ ਅਸੀਂ ਮੰਨ ਲਿਆ? ਅਸੀਂ ਤਾਂ ਜਾਤਾਂ ਦੇ ਨਾਂ 'ਤੇ ਗੁਰਦੁਆਰੇ ਅਤੇ ਸੁਸਾਇਟੀਆਂ ਵੀ ਖੜੀਆਂ ਕਰ ਦਿੱਤੀਆਂ ਵੀ ਸਤਿਗੁਰੂ ਤੁਸੀਂ ਆਖਦੇ ਹੋਵੋਗੇ ਜਾਤ ਦੀ ਕੋਈ ਅਹਿਮੀਅਤ ਨਹੀਂ, ਪਰ ਜਿੰਨਾ ਚਿਰ ਅਸੀਂ ਬੈਠੇ ਹਾਂ ਸਾਨੂੰ ਜਾਤਾਂ 'ਚੋਂ ਕੌਣ ਕੱਢ ਲਏਗਾ? ਇੱਕ ਜਾਤ ਵਾਲਾ ਦੂਜੇ ਗੁਰਦੁਆਰੇ ਦੇ ਜਾ ਕੇ ਜਾਤ ਵਾਲੇ ਗੁਰਦੁਆਰਿਆਂ ਦਾ ਮੈਂਬਰ ਨਹੀਂ ਬਣ ਸਕਦਾ। ਕਮੇਟੀ ਮੈਂਬਰ ਬਣਨਾ ਤਾਂ ਬਹੁਤ ਦੂਰ ਦੀ, ਨੋਰਮਲ ਮੈਂਬਰ ਵੀ ਨਹੀਂ ਬਣ ਸਕਦਾ। ਅਤੇ ਆ ਰਾਜਨੀਤਿਕਾਂ ਨੇ ਆ ਐੱਸ ਸੀ ਜੀ, ਓ ਬੀ ਸੀ, ਆਰ ਬੀ ਸੀ ਜੀ, ਆ ਸਾਡੇ ਸੈਣੀ ਜੀ, ਇਹ ਜੱਟ ਜੀ, ਇਹ ਮਜੈਲ ਜੀ, ਇਹ ਮਲਵਈ ਜੀ, ਦੁਆਬੀਏ ਜੀ, ਇਹ ਰਾਜ ਸਿੱਖ ਜੀ, ਇਹ ਲਵਾਣੇ ਜੀ, ਇਹ ਸੈਣੀ ਜੀ, ਕਿਆ ਯਾਰ ਕਰ ਰਹੇ ਆਪਾਂ? ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਇਹੀ ਸੀ, ਜੇ ਸਾਰੇ ਹੋ ਗਏ, ਲਵਾਣੇ ਹੋ ਗਏ, ਜੱਟ ਸਿੱਖ ਹੋ ਗਏ, ਰਾਜ ਸਿੱਖ ਹੋ ਗਏ, ਦੁਆਬੀਏ ਹੋ ਗਏ, ਮਲਵਈ ਹੋ ਗਏ, ਮਜੈਲ ਹੋ ਗਏ, ਉਹ ਦੱਸੋ ਗੁਰੂ ਨਾਨਕ ਸਾਹਿਬ ਦਾ ਸਿੱਖ ਕਿਹੜਾ? ਜੋ ਸਿਧਾਂਤ ਸੀ ਸਿਧਾਂਤੀਆਂ 'ਤੇ ਉਡਾ ਦਿੱਤੀਆਂ ਸੀ ਧਜੀਆਂ, ਹੁਣ ਇਹਨਾਂ ਦੇ ਵਿੰਗ ਬਣਾ ਕੇ ਜਿੱਥੇ ਸੁਸਾਇਟੀਆਂ ਬਣੀਆਂ ਨੇ ਸ਼ਹਿਰਾਂ ਵਿੱਚ ਪਿੰਡਾਂ ਵਿੱਚ, ਸਭ ਤੋਂ ਵੱਡੀ ਦੇਣ ਇਹਦੇ ਵਿੱਚ ਰਾਜਨੀਤਿਕ ਲੋਕਾਂ ਦੀ ਹੈ। ਇਹਨਾਂ ਨੇ ਉਹ ਵਿੰਗ ਬਣਾ ਕੇ ਵੱਖੋ ਵੱਖਰੇ ਉਹਨਾਂ ਦੀਆਂ ਪ੍ਰਧਾਨਗੀਆਂ ਵੀ ਦੇ ਦਿੱਤੀਆਂ, ਉਹ ਵੱਖੋ ਵੱਖਰੇ ਨਾਂ ਦੇ ਉੱਤੇ ਗਰਾਂਟਾਂ ਵੰਡ ਦਿੱਤੀਆਂ, ਔਰ ਉਹਨਾਂ ਗਰਾਂਟਾਂ ਚੰਦ ਨਿਗੂਣੀਆਂ ਪੈਸਿਆਂ ਦੀ ਖਾਤਰ ਅਸੀਂ ਸਮਾਜ ਵਿੱਚ ਜਿਹੜਾ ਦਫੇੜਾ ਪਾ ਲਿਆ, ਵੰਡੀਆਂ ਪਾ ਲਈਆਂ। ਹੁਣ ਇੱਥੋਂ ਤੱਕ ਮੈਨੂੰ ਯਾਦ ਹੈ, ਜਾ ਰਿਹਾ ਸੀ ਤਾਂ ਝਗੜਾ ਹੋਵੇ, ਮੈਂ ਪਿੰਡ ਦਾ ਨਾਂ ਨਹੀਂ ਲੈਣਾ, ਲਾਸ਼ ਜ਼ਮੀਨ 'ਤੇ ਰੱਖੀ ਹੋਈ ਹੈ, ਸੀੜੀ ਜ਼ਮੀਨ 'ਤੇ ਰੱਖੀ ਹੋਈ ਹੈ। ਪੁੱਛਣ ਲੱਗੇ ਕਾਰਨ, ਕਹਿੰਦੇ ਜੀ ਇਹਨਾਂ ਦਾ ਦੇ ਸਿਵੇ ਇਹ ਨਹੀਂ, ਉਹ ਵਿਚਾਰਾ ਉਹਨਾਂ ਦੇ ਸਿਵੇ ਪਿੰਡ ਵਿੱਚ ਹੈ ਹੀ ਨਹੀਂ, ਉਹ ਜਾਤ ਹੀ ਇੱਦਾਂ ਦੀ ਸੀ, ਮੈਂ ਨਾਂ ਵੀ ਨਹੀਂ ਲੈਣਾ ਜਾਤ ਦਾ, ਇਹਨੂੰ ਇੱਥੇ ਸੰਸਕਾਰ ਨਹੀਂ ਕਰਨ ਦਿੱਤਾ ਜਾਣਾ, ਆਪਣੀ ਦੂਸਰੀ ਦੂਸਰੀ ਬਰਾਦਰੀ ਵਾਲਿਆਂ 'ਤੇ ਜਾ ਕੇ ਕਰਨਾ ਅਤੇ ਕਰ ਲਏ। ਅਖੀਰ ਵਿੱਚ ਚੁਫੇਰੇ ਪਿੰਡਾਂ ਦੇ ਲੋਕਾਂ ਨੇ ਕਰਕੇ ਇੱਕ ਗੁਰੂ ਪਿਆਰੇ ਨੇ ਆਪਣੇ ਖੇਤ ਵਿੱਚ ਸੰਸਕਾਰ ਕਰਵਾਇਆ। ਇਹਨੂੰ ਆਪਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਗਿਣਦੇ ਹਾਂ, ਜਿੱਥੇ ਲਾਸ਼ਾਂ ਦਾ ਸੰਸਕਾਰ ਕਰਨ ਲਈ ਸਿਵੇ ਵੀ ਜਿਹੜੇ ਨੇ ਉਹ ਵੱਖਰੇ ਵੱਖਰੇ ਬਣਾ ਲਏ ਜਾਣ। 550 ਸਾਲਾਂ ਪੁਰਬ ਮਨਾ ਰਹੇ ਹਾਂ ਆਪਾਂ, ਮੁਬਾਰਕ ਹੋਵੇ, ਬਹੁਤ ਚੰਗੀ ਗੱਲ ਹੈ, ਪਰ ਖਿਮਾ ਕਰਨੀ 550 ਸਾਲਾਂ ਦੀ ਕੋਈ ਅਹਿਮੀਅਤ ਨਹੀਂ, ਕੋਈ ਜ਼ਿਆਦਾ ਅਹਿਮੀਅਤ ਨਹੀਂ, ਖਾਸ ਮਹੱਤਤਾ ਨਹੀਂ, ਅਤੇ 599 ਦੀ ਕੋਈ ਘੱਟ ਨਹੀਂ ਸੀ। ਹਰ ਸਾਲ ਜਦੋਂ ਸਤਿਗੁਰੂ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਉਹ ਸਾਰਾ ਮੁਬਾਰਕ ਹੈ, ਬਹੁਤ ਚੰਗੀ ਗੱਲ ਹੈ, ਔਰ ਸਾਨੂੰ ਇੱਦਾਂ ਹੀ ਧੂਮ ਧਾਮ ਨਾਲ ਬੜੀ ਸ਼ਰਧਾ ਪਿਆਰ ਨਾਲ ਭਾਵਨੀ ਨਾਲ ਮਨਾਇਆ ਜਾਣਾ ਚਾਹੀਦਾ, ਮਨਾਓ। ਪਰ ਇਹ ਪੁਰਬ ਮਨਾਉਣੇ ਤਾਂ ਸਫਲੇ ਨੇ ਜੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਨ ਜੋ ਸਾਨੂੰ ਉਪਦੇਸ਼ ਦਿੱਤਾ ਜੇ ਉਹਦੇ 'ਤੇ ਚੱਲ ਸਕੀਏ, ਜੇ ਉਸ ਉਪਦੇਸ਼ 'ਤੇ ਨਹੀਂ ਚੱਲਣਾ ਫਿਰ ਤਾਂ ਸਲਾਮ ਜਵਾਬ ਦੋਵੇਂ ਕਰੇ ਅਤੇ ਫਤਵਾ ਸਤਿਗੁਰਾਂ ਦਿੱਤਾ ਕਿ ਮੁੰਡੋਂ ਕੁੱਥਾ ਜਾਏ, ਉਹ ਮਨੁੱਖ ਨਾ ਇੱਧਰ ਦਾ ਨਾ ਉੱਧਰ ਦਾ। ਸਿਆਣੇ ਤਾਂ ਇਹ ਵੀ ਆਖ ਰਹੇ ਨੇ ਜਿੰਨੀ ਸਿੱਖੀ ਜਿੰਨੇ ਪੈਰੋਕਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਦੇ ਸਰੀਰ ਵਿੱਚ ਹੁੰਦਿਆਂ ਤਾਂ ਵੱਖ ਵੱਖ ਮੁਲਕਾਂ ਵਿੱਚ ਜਾਂ ਹਿੰਦੁਸਤਾਨ ਵਿੱਚ ਸਨ, ਅੱਜ ਸਿੱਖੀ ਓਨੀ ਵੀ ਨਹੀਂ ਰਹਿ ਗਈ, ਅਤੇ ਲੱਗਦਾ ਸ਼ਾਇਦ ਕੋਈ ਅਤਕਥਨੀ ਨਾ ਹੋਵੇ, ਪਰ ਜਿਹੜੀ ਸੀਗੀ ਵੀ ਅਸੀਂ ਉਹਨਾਂ ਨੂੰ ਇੰਨਾ ਪਰੇ ਕਰ ਦਿੱਤਾ। ਹੁਣ ਇਹਦੇ ਵਿੱਚ ਆਪਾਂ ਵੇਖੀਏ ਜਿਹੜੇ ਸਿੰਧੀ ਨੇ ਜਾਂ ਸਿਕਲੀਗਰ ਬਣਜਾਰੇ ਨੇ, ਸਤਨਾਮੀਏ ਨੇ, ਕਬੀਰ ਪੰਥੀਏ ਨੇ, ਇਹ ਸਾਰੇ ਜਿਹੜੇ ਨੇ ਇਸੇ ਤਰ੍ਹਾਂ ਇਸੇ ਸਾਡੇ ਮਾਰਗ ਦੇ ਪੰਥੀ ਨੇ, ਜੁੜੇ ਹੋਏ ਨੇ, ਪਰ ਅਸੀਂ ਕਿਸੇ ਨੂੰ ਦੱਸ ਹੀ ਨਹੀਂ ਸਕੇ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਾਬਦੀ ਮਨਾਈ ਅਤੇ ਜਦੋਂ ਜਾ ਕੇ ਉੱਧਰ ਦੱਸਿਆ ਗਿਆ ਉਹਨਾਂ ਇਲਾਕਿਆਂ ਵਿੱਚ ਵੀ ਤੁਹਾਡੇ
ਭਗਤਾਂ ਦੀ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਗੁਰੂ ਆਖਦੇ ਹੋ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਔਰ ਉਹ ਹੈਰਾਨ ਹੋ ਗਏ ਜਦੋਂ ਪੜ੍ਹ ਕੇ ਸੁਣਾਈ ਦੱਸਿਓ, ਆਖਣਗੇ ਤਾਂ ਸਾਡੇ ਗੁਰੂ ਨੇ, ਅਸੀਂ ਕਿਸੇ ਨੂੰ ਦੱਸ ਹੀ ਨਹੀਂ ਸਕੇ, ਕਿਸੇ ਤੱਕ ਪਹੁੰਚ ਹੀ ਨਹੀਂ ਕਰ ਸਕੇ। ਸਾਡੀ ਦੌੜ ਤਾਂ ਇੱਥੇ ਤੱਕ ਹੀ ਰਹਿ ਗਈ ਭਈ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਿਹਨੇ ਕਰਨਾ, ਅਤੇ ਰਾਜਨੀਤਿਕ ਪਾਰਟੀ 'ਤੇ ਕਬਜ਼ਾ ਕਿਹਨੇ ਕਰਨਾ, ਪੈਸਾ ਕਿਹਨੇ ਵੱਧ ਕਰਾਉਣਾ ਅਤੇ ਪੈਸਾ ਕਿਹਨੇ ਵੱਧ ਮੁੱਛਣਾ। ਸਵਾਰਥ ਨੇ ਸਾਡੀ ਬੇੜੀ ਡੋਬ ਦਿੱਤੀ। ਮੁਹਾਣੇ ਉਹ ਬਣ ਗਏ ਜਿਨ੍ਹਾਂ ਨੂੰ ਪਤਵਾਰਾਂ ਦੀ ਬੇੜੀ ਦੀ ਸਾਰ ਕੋਈ ਨਹੀਂ ਸੀ। ਅਤੇ ਜਦੋਂ ਮੁਹਾਣਾ ਆਪ ਡੋਬਣ 'ਤੇ, ਮਲਾਹ ਆਪ ਡੋਬਣ ਦੇ ਉੱਤੇ ਬੇੜੀ ਆ ਜਾਏ ਤਾਂ ਬਚਾਵੇਗਾ ਕੌਣ? ਪਰ ਇਹਦੇ ਵਿੱਚ ਗੱਲ ਇਕੱਲੀ ਇੰਨੀ ਨਹੀਂ, ਇਹਦੇ ਵਿੱਚ ਵਰਤਣ ਵਾਲੇ ਨੇ ਵਰਤਣਾ, ਕੋਈ ਸ਼ੱਕ ਨਹੀਂ। ਉਹ ਸਵਾਰਥੀ ਲੋਕ ਨੇ, ਉਹਦਾ ਆਪਣਾ ਸਵਾਰਥ ਹੈ ਇਹਦੇ ਵਿੱਚ। ਪਰ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪਾਂ ਸਾਰੇ ਕਿਹਨਾਂ ਵਿੱਚੋਂ ਹੋਏ? ਵਰਤਣ ਵਾਲੇ ਤਾਂ ਵਰਤ ਗਏ, ਅਤੇ ਵਰਤ ਹੋਣ ਵਾਲੇ ਕੌਣ ਹੋਏ? ਇਹ ਤਾਂ ਉਹਦੇ ਨਾਲ ਵੀ ਮਾੜਾ। ਲੋਕੀ ਤਾਂ ਅੱਜ ਕੱਲ੍ਹ ਤਾਂ ਠੀਕ ਹੈ, ਭੇਡਾਂ ਦੇ ਵਗ ਵਾਂਗ ਅਸੀਂ ਮਗਰ ਮਗਰ ਇੱਕ ਦੂਜੇ ਦੇ ਤੁਰ ਪੈਂਦੇ ਹਾਂ, ਪਰ ਜਿਹੜੇ ਸਿਆਣੇ ਨੇ, ਜਿਹੜੇ ਵੀ ਹਮਦਰਦ ਨੇ, ਜਿਸ ਵੀ ਢੰਗ ਨਾਲ ਕੋਈ ਲਿਖ ਕੇ ਕਰ ਸਕਦਾ, ਕੋਈ ਬੋਲ ਕੇ ਕਰ ਸਕਦਾ, ਕੋਈ ਪ੍ਰਚਾਰ ਕਰਕੇ ਕਰ ਸਕਦਾ, ਇਸ ਪਾਸੇ ਵੱਲ ਨੂੰ ਧਿਆਨ ਦੇਈਏ। ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ, ਗੁਰੂ ਨਾਨਕ ਸਾਹਿਬ ਦੇ ਪ੍ਰਚਾਰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਪ੍ਰਚਾਰਨ ਵਾਲੇ ਆਪਾਂ ਖੜ੍ਹੇ ਕਰੀਏ। 550 ਸਾਲਾਂ ਮਨਾਉਣਾ ਸਫਲਾ ਹੋਵੇਗਾ ਜੇ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਿਸ਼ਨ ਵਾਲੇ, ਆਪਾਂ ਗਿਣਤੀ ਦੇ ਕੁਛ ਹਜ਼ਾਰ ਹੀ ਪੈਦਾ ਕਰ ਦਈਏ। ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿੱਥੇ ਜਾ ਕੇ ਪ੍ਰਚਾਰ ਕੀਤਾ, ਜਿਸ ਢੰਗ ਨਾਲ ਪ੍ਰਚਾਰ ਕੀਤਾ ਕਿ ਅੱਜ ਦਾ ਪ੍ਰਚਾਰ ਸਾਡੇ ਦਾ ਰੁਕ ਢੰਗ ਉਹ ਹੈ, ਅਤੇ ਸਾਰਾ ਕੁਝ ਬਦਲ ਦਿੱਤਾ। ਪਰ ਲੋੜ ਹੈ ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਉਪਦੇਸ਼ਾਂ 'ਤੇ, ਜਿੱਥੇ ਆਪ ਅਮਲ ਕਰਨਾ ਉੱਥੇ ਦੂਜਿਆਂ ਨੂੰ ਵੀ ਉਹ ਦੱਸ ਸਕੀਏ, ਪ੍ਰਚਾਰ ਸਕੀਏ ਵੀ ਵਾਸਤਵ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਕੀ ਸੀ। ਜਿਸ ਏਕੇ ਦੀ ਗੱਲ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲ ਸ਼ੁਰੂ ਕੀਤੀ, ਅਤੇ ਅਸੀਂ ਸਾਡੀ ਸ਼ੁਰੂਆਤ ਹਮੇਸ਼ਾ ਅਨੇਕਤਾ ਤੋਂ ਰਹੀ ਹੈ, ਸਵਾਰਥ ਤੋਂ ਰਹੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ, ਜੇ ਅਸੀਂ ਉਹਦੇ ਧਾਰਨੀ ਬਣ ਜਾਈਏ, ਉਹਨਾਂ 'ਤੇ ਚੱਲਣ ਦਾ ਯਤਨ ਕਰੀਏ, ਆਪ ਚੱਲੀਏ ਔਰ ਲੋਕਾਂ ਨੂੰ ਚੱਲਣ ਲਈ ਪ੍ਰੇਰੀਏ, ਤਾਂ ਉਹ ਦਿਨ ਦੂਰ ਨਹੀਂ ਜੇ ਸਿੱਖੀ ਦੀ ਚੜ੍ਹਦੀ ਕਲਾ ਅਸੀਂ ਆਪਣੀਆਂ ਅੱਖਾਂ ਨਾਲ ਵੇਖਾਂਗੇ। ਸਤਿਗੁਰੂ ਰਹਿਮਤ ਕਰਨ, ਅਰਦਾਸ ਕਰੀਏ ਗਰੀਬ ਨਵਾਜ, ਤਾਰੇ ਗਣੇ ਜਾਤ, ਤੇਰੇ ਤਾਰੇ ਨਾ ਗਣਾਤ ਹੈ, ਆਪ ਹੀ ਬੌੜੀ ਕਰੋ, ਬਖਸ਼ਿਸ਼ ਕਰੋ, ਰਹਿਮਤ ਕਰੋ ਆਪਣੇ ਪੰਥ 'ਤੇ, ਅਤੇ ਸਾਨੂੰ ਉਸ ਮਾਰਗ ਦੇ ਪਾਂਧੀ ਬਣਾਓ। ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।